Thank you.
ਗੁਰੂ ਮਹਾਰਾਜ ਜੀ ਨੇ ਵੀ ਸੰਗਤ ਕਰਨੀ ਚਾਹੀਦੀ ਹੈ। ਸੰਗਤ ਦਾ ਬਹੁਤ ਵੱਡਾ, ਸੰਗਤ ਕਿਹਨੂੰ ਕਹਿੰਦੇ ਨੇ? ਆਮ ਸੋਸਾਇਟੀ ਕਹਿ ਦਿੰਦੇ ਨੇ ਲੋਕ, ਜਾਂ ਇਕੱਠ ਨੂੰ ਕਹਿ ਦੇਣਾ ਜਿੱਥੇ ਕੋਈ ਇਕੱਠ ਹੋਣਾ ਵੀ ਜਦੋਂ ਉੱਥੇ ਦੇਖੀਏ ਮੇਲੇ ਠੇਲੇ ਜੇ ਹੁੰਦੇ ਨੇ। ਇਸੇ ਤਰ੍ਹਾਂ ਹੀ ਮਹਾਰਾਜ ਜੀ ਨੇ ਫਿਰ ਸੰਗਤ, ਜੋ ਪਰਮਾਰਥ ਦੀ ਵਿਚਾਰ ਹੈ, ਜਿਸ ਵਾਸਤੇ ਇਹਨੂੰ ਮਨੁੱਖਾਂ ਦੇ ਮਿਲੀ ਹੈ, ਉਹ ਸੰਗਤ ਦੇ, ਸੰਗਤ ਦੀ ਬਾਣੀ ਦੀ ਕਰਨੀ ਹੈ ਜਾਂ ਗੁਰੂ ਜਾਂ ਗੁਰਸਿੱਖਾਂ ਮਹਾਂਪੁਰਸ਼ਾਂ ਦੀ ਕਰਨੀ ਹੈ। ਤਦ ਜਾ ਕੇ ਇਸ ਨੂੰ ਫਿਰ ਇਸ ਪਾਸੇ ਦੀ ਸੋਝੀ ਆਵੇਗੀ, ਵਰਨਾ ਸੋਝੀ ਨਹੀਂ ਆਵੇਗੀ। ਠੀਕ ਆ, ਜੇ ਕਹੇਗਾ ਵੀ ਮੈਂ ਖਾਣ ਪੀਣ ਵਾਸਤੇ ਦੁਨੀਆਂ 'ਤੇ ਆਇਆ, ਤਾਂ ਫਿਰ ਸਾਡਾ ਗੁਰੂ ਤਾਂ ਖਾਣਾ ਪੀਣਾ ਨਹੀਂ ਦੱਸਦਾ। ਸਾਡਾ ਗੁਰੂ ਤਾਂ ਇਉਂ ਦੱਸਦਾ ਵੀ ਜਿਸ ਵਾਸਤੇ ਤੈਨੂੰ ਮਨੁੱਖਾਂ ਦੇ ਮਿਲੀ ਹੈ ਜੀਵ, ਸਾਡੀ ਮਨੌਤ ਆ ਜਿਹੜੀ ਇਹ ਠੋਸ ਨਹੀਂ ਹੈ, ਸਾਡੀ ਜਿਹੜੀ ਮਨੌਤ ਆ ਇਹ ਤਿਲਕਣੀ ਹੈ, ਤਿਲਕਣੀ ਚੀਜ਼ ਆ, ਸਿਰ ਨਹੀਂ ਰਹਿੰਦੀ। ਜ਼ਿਆਦਾ ਮਹਾਂਪੁਰਸ਼ਾਂ ਗੁਰਸਿੱਖਾਂ ਗੁਰਬਾਣੀ ਦੀ ਸੰਗਤ ਕਰੇਗਾ ਨਾ, ਫਿਰ ਇਸ ਨੂੰ ਠੋਸ ਵਿਚਾਰ ਪੈਦਾ ਹੋਵੇਗੀ, ਵਰਨਾ ਨਹੀਂ ਹੋਣੀਆਂ। ਕਿਤੇ ਚਲੇ ਜਾਓ, ਕਦੇ ਵਿਚਾਰ ਵੀ ਪੈਦਾ ਹੋਵੇਗਾ। ਦੇਸ਼ ਦੇ ਕੰਨ ਦੇ ਵਿੱਚ ਆਵਾਜ਼ ਪਈ ਬਈ ਜਾਣਾ ਗੁਰੂ ਦੇ ਦਰਬਾਰ ਨੂੰ। ਦੱਸਦੇ ਨੇ ਵੀ ਉਸ ਟਾਈਮ ਤੋਂ ਦੋ ਗੁਣ ਪੈਦਾ ਹੁੰਦੇ ਨੇ ਮਨ ਦੇ ਵਿੱਚ। ਪਹਿਲਾਂ ਤਾਂ ਦੱਸਿਆ ਵੀ ਮਨ ਜਿਹੜਾ, ਮਨ ਜਦ ਸਾਫ਼ ਹੋਣਾ ਕਰੇਗਾ ਨਾ, ਫਿਰ ਇਹ ਸਾਫ਼ ਹੋਣਾ ਸ਼ੁਰੂ ਹੋਵੇਗਾ। ਪਹਿਲਾਂ ਮਨ ਨੇ ਫੁਰਨਾ ਕਰਨਾ, ਮਨ ਜਿਹੜਾ ਸਰੀਰ ਹੈ ਇੰਦਰੀਆਂ ਦਾ, ਯਾਨੀ ਕਰਤਾ ਮਨ ਹੈ, ਕੰਟਰੋਲਰ ਕਹਿ ਲਓ ਜਾਂ ਮਨ ਫੁਰਨਾ ਕਰਨਾ, ਕਰਦਾ ਵੀ ਜਾਣਾ ਗੁਰੂ ਦੇ ਦਰਬਾਰ ਨੂੰ। ਕਈ ਪ੍ਰੇਮੀ ਇਹੋ ਜਿਹੇ ਨੇ ਸਰੋਤ ਕੰਨ ਦੇ ਵਿੱਚ ਪੈ ਜਾਂਦੇ, ਉਸ ਗੱਲ ਦੀ ਉਹ ਫਿਰ ਪ੍ਰਵਾਹ ਨਹੀਂ ਕਰਦੇ, ਪ੍ਰਵਾਹ ਨਹੀਂ ਕਰਦੇ, ਉਹਨਾਂ ਨੂੰ ਫਿਰ ਲਾਭ ਵੀ ਪ੍ਰਾਪਤ ਨਹੀਂ ਹੁੰਦਾ। ਉਹ ਦੱਸਿਆ ਵੀ ਮਨ ਫੁਰਨਾ ਕਰਦਾ, ਜਿੰਨਾ ਚਿਰ ਮਨ ਫੁਰਨਾ ਨਹੀਂ ਕਰਦਾ ਸਰੀਰ ਹਰਕਤ ਨਹੀਂ ਕਰੇਗਾ। ਜਦ ਆਪਾਂ ਊਂਕ ਨੀਂਦ ਸੁੱਤੇ ਪਏ ਹੁੰਦੇ ਹਾਂ, ਸੌਣ ਸਲੀਪ ਵੀ ਕਿਹਾ ਜਾਂਦਾ ਇਸ ਨੂੰ, ਜਦ ਆਪਣਾ ਮਨ ਆ ਜਿਹੜਾ ਫੁਰਨਾ ਨਹੀਂ ਕਰਦਾ, ਸਰੀਰ ਨਹੀਂ ਹਿਲਦਾ ਹੁੰਦਾ, ਹਿਲਿਆ ਕਿਹਦੇ ਦਾ ਸਰੀਰ? ਇਹ ਜਿਹੜਾ ਮਨ ਆ ਇਹ ਫੁਰਨਾ ਕਰਦਾ ਤੇ ਸਰੀਰ ਹਰਕਤ ਕਰਦਾ। ਮਨ ਨੇ ਫੁਰਨਾ ਕਰਿਆ ਵੀ ਜਾਣਾ ਗੁਰੂ ਕੇ ਦਰਬਾਰ ਨੂੰ, ਉਹ ਫੁਰਨੇ ਦੇ ਵਿੱਚ ਤਾਕਤ ਹੈ, ਫੁਰਨਾ ਹੈ ਸ਼ੁੱਧ ਤੇ ਸਾਫ਼। ਉਸ ਫੁਰਨੇ ਦਾ ਫਲ ਇਸਦਾ ਮਨ ਹੈ ਜਿਹੜਾ, ਉਹ ਕਹਿੰਦੇ ਸਾਫ਼ ਹੋਣਾ ਸ਼ੁਰੂ ਹੋ ਜਾਂਦਾ, ਨਾਲੇ ਪੁੰਨ ਉਤਪਤ ਹੋਣਾ ਸ਼ੁਰੂ ਹੋ ਜਾਂਦਾ। ਫਿਰ ਫੁਰਨੇ ਦੁਆਰਾ ਇਸਨੇ ਸੰਗਤ ਗਤੀ ਨੂੰ ਕਦਮ ਚੱਕਣਾ, ਜਿਹਨੂੰ ਆਪਾਂ ਡੇਂਗੂ ਵੀ ਕਹਿ ਦਿੰਦੇ। ਦੱਸਦੇ ਜੀ ਗੁਰੂ ਸਾਹਿਬ ਨੇ ਦੱਸਿਆ, ਜਿਹੜਾ ਗੁਰੂ ਦੇ ਦਰਬਾਰ ਨੂੰ ਕੋਈ ਪ੍ਰੇਮੀ ਆਉਂਦਾ ਨਾ, ਆਉਣ ਦੇ ਵਿੱਚ ਵੀ ਫਰਕ ਹੈ, ਵਿਹਾਰੀ ਵਿਹਾਰਕ ਫਰਜ ਲੈ ਕੇ ਨਹੀਂ ਆਉਣਾ ਗੁਰੂ ਦੇ ਦਰਬਾਰ ਦੇ ਵਿੱਚ ਨਾ। ਜਿਸ ਵਾਸਤੇ ਗੁਰੂ ਸਾਹਿਬ ਜੀ ਨੇ ਦੱਸਿਆ ਵੀ ਮਨੁੱਖਾਂ ਦੇ ਮਿਲੀ ਹੈ, ਪਰਮੇਸ਼ਰ ਦੇ ਮਿਲਣ ਵਾਸਤੇ ਮਿਲੀ ਹੈ ਤੈਨੂੰ ਹੈ ਜੀ, ਤੂੰ ਫਿਰ ਸ਼ਰਧਾ ਨਾਲ ਜਾ। ਜਦ ਆਪਾਂ ਗੁਰੂ ਦੇ ਦਰਬਾਰ ਨੂੰ ਸ਼ਰਧਾ ਦੇ ਨਾਲ ਆਵਾਂਗੇ ਨਾ, ਫਿਰ ਜਿਹੜਾ ਉਸ ਆਉਣ ਦਾ ਕਰਮ ਦਾ ਫਲ ਦੱਸਿਆ ਨਾ, ਸਵੇਰ ਜੰਗ ਦਾ ਮਿਲਦਾ, ਉਹ ਤਦ ਮਿਲੇਗਾ, ਐਵੇਂ ਹੀ ਮਿਲੇ। ਬਹੁਤ ਦੁਨੀਆਂ ਨੇ ਬਾਣੀ ਨੂੰ ਵਿਹਾਰ ਬਣਾ ਲਿਆ, ਸਾਧ ਸੰਗਤ ਬਾਣੀ ਵਿਹਾਰ ਨਹੀਂ ਹੈ, ਬਾਣੀ ਤਾਂ ਵਰਨ ਵਿੱਦਿਆ। ਇਹ ਜਿੱਥੋਂ ਜੀਵ ਵਿਛੜ ਕੇ ਨਾ ਇੱਧਰ ਦੁਨੀਆਂ ਦੇ ਵਿੱਚ ਠੇਡੇ ਖਾਂਦਾ ਫਿਰਦਾ ਹੈ, ਇਹ ਤਾਂ ਉਸਨੂੰ ਬੁਲਾਉਣ ਵਾਸਤੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ 'ਤੇ ਕਿਰਪਾ ਕੀਤੀ ਹੈ ਵੀ ਇਹ ਜੀਵ ਹੈ ਜਿਹੜਾ ਪਰਮੇਸ਼ੁਰ ਤੋਂ ਵਿਛੜ ਕੇ ਇੱਧਰ ਦੁਨੀਆਂ ਦੇ ਵਿੱਚ ਠੇਡੇ ਖਾਂਦਾ ਫਿਰਦਾ, ਇਸ ਨੂੰ ਕੋਈ ਰਾਹ ਬਣਾ ਦਈਏ ਜਾਣ ਵਾਸਤੇ। ਬਗੈਰ ਰਾਹ ਤੋਂ ਕੋਈ ਜਾ ਨਹੀਂ ਸਕਦਾ ਸਾਧ ਸੰਗ, ਜਿਸ ਤਰ੍ਹਾਂ
جہاز تو غیر بلائد دے وچ کوئی آ سکدا ہے 8 گھنٹے دے وچ اتھے لا دیندا اسی طرح ہی گروانی ہے جیڑی اے دوارا اسی جتو پچھڑے آں واجرو دے وچوں اس نو ملن دا اے راستہ دسے گی بغیر راستے تو کوئی کارج سدھ نہیں ہویا کرنا چاہے بہارک لے لو کوئی چاہے پرمارتھک لے لو کدے سدھ نہیں ہوئے اور جانے ہی کوئی قدم چکتا نا گرو کے دربار دادے نے بھی اس کے پیر نے جڑے وہ کہتے سفلے ہو جاتے ہیں سفلے یہی پیر نے جب تھی کلباں کنے پٹو گے ڈل ایک ایک کل کے پاپ ہونا شروع ہو جائے وہی قدم نے وہی شریر ہے وہی من ہے آپ بجائی من ہی فرد ہے ترجنیا کے جی کتنے آپ من گروانی کے نال جوڑ دیے جا گرو کے شبد کے نال جوڑ دیے تا پھر کوئی طاقت نہیں جی آپ ہونیا لے جائے گی اسی طرح ہی جنہیں بھی گر سکھ مہاپرش آن متان کے بھی جڑے مہاپرش ہوئے ہیں انہوں نے اسی طرح ہی سادھن کیتے سات سنگ اور گرو صاحب نے تو سب بہت گائن سادھن دس دتا بہت ہی سدائن کل جگ ہے عمر بہت چھوٹیاں شریر نکلتے من بہت ہلکے ایک ایک منٹ کے ہزار ہزار فرنا کرتا ہے من دسو بانی کے نال کیویں لگ جائے گا کنے کرمے کیویں کرے گا یہ تو ہوں ہی نہیں کچھ گرو صاحب نے بہت مہر کر دیتی آئے سکھ تشت کے رہ خلاس بھی بول پر ایک شرط نال تین اپنانی پوے گی جی نہیں اپنا گا تو پھر گرو کا کوئی دوست نہیں تیری اپنی غلطی ہے اسی اپنی غلطی نال ہی دکھ بھوگنے ہاں سات سنگت ادھر دنیا کے ٹھیٹے کھانے پھرتے ہیں جی اسی گرو کی مت لے لیے جی اسی گرو صاحب کا گروانی کا کہا من لیے کون طاقت ہے سانو ادھر جنی کے لے جائے گی گرو کے طاقت بہت ہے سات سنگت ابھی ہور پاس کا پھرتے ہاں جنہیں سانو جہنم نو لے جانا جا سانو دکھی کر دینا سارے اندر شانت پیدا کر دینی ہے یہ جہاں گلوں تو ابھی بہت سوچتے ہاں تیا جی گلان کر دی تو دنیا بہت ترقی ضرور ہوئے کوئی نام لینا کوئی پوچھتا کسی نو فٹ فٹے ہو کے مر کے اتنے تو آپ کہڑے بچارے ہاں کہڑے غریب سن لنگے تک جنہوں نے روٹی ملتی سی پنجویں پاتشاہ مہاراج جی نے انہوں نے گروانی کے بچ سان دے دیتے پھر وہ راجے لے جاتے تو پھر راجیا کی بانی ہوں ساری غریبوں کو کنہیں پوچھنا جی اتنے نہیں حقیقت ہے اوتار جو گرسکھ مہاپرش ہیں وہ حقیقت نو پسند کرتے ہیں جھوٹ تے فریب نو پسند نہیں کرتے ہم سات اور دسیا بھی گروانی دوارا جب ایک قدم ہی کوئی چلتا نا گرو صاحب کے آپ اپنے مت انسار سارے جتنے مت نے جب وہ اپنے اشت کے درشنا نو جاوے گا جو گروانی نے دسیا نا بھائی ایک سمیت جگ کا فل ملتا ایک قدم کا ایکو ہی قدم کا پر شرط اپنا ہوگی نہ اس نے شنکا پیدا کر دیتا بھی سمیت جگ کا فل ملتا تو ہے جی ابھی روز روز کرے جانے ہاں گرمخا وہ فرق نہیں ہے جو مہاراج نے سوکھ مستوب نے پرمیشر آپ بھی سوکھم ہے جو اس کا بدان ہے نا جو اس کا قانون ہے وہ بھی سوکھم ہے جی تسن اپنا دے گا وقت تینوں ملے گا وہ جگ جگ تو سات سنگت تھلے ہی رہ جاتے ہیں جہے پنتگی کرنے والے نے بانی پڑھنے والے گرمکھ نے انہوں نے تو بہت اچا درجہ دسیا گروانی نے پر ابھی کرتے نہیں ابھی بہاری جی بہتے بن گئے کی بہار سال دوں گا اس نے بہار دے سات سنگت بانی پڑھیا کرو نام جپیا کرو جڑا اصلی فرجا منکھا دیتا ادو تو ابھی سٹ بیٹھے آ ہور قسم کے لیڑے لپڑے جی بتھیرے پاؤن لگ گئے دسو یہاں نے کی سار دینا اپنا کوئی سارا کسی کا اج تھی لیڑیا نے سارا کسی وہ جی گرمخا بجن بندگی نہیں کرتا بانی نہیں پڑھ رہا آ جڑے شریر تو
سام سام کی رکھدا ہے اس نے تا لکڑیاں دے جا جا سمیت لیڑیاں دے جا جانے سمیت ساریاں چلاکیاں چلوکیاں وی جا جان او جڑا ترا جیو آتما اندر او جڑی منکھاں دے تینوں ملی تھی پرمیشر دے ملن واسطے او تا پھر خونی کدھر پڑکدا پیا آنو بھی پڑکدے ہی آئے ہاں ماتا پرستی نہ بنو گرمکھ ماننا چاہیے ਗੁਰਮੁਖੋਆ ਜਿਹੜਾ ਗੁਰਬਾਣੀ ਨੂੰ ਮੰਨਦਾ ਹੈ ਗੁਰੂ ਜਿਹੜੀ ਬਾਣੀ ਆ ਸਾਡੀ ਇਹ ਜਿਹੜਾ ਗੁਰਬਾਣੀ ਨੂੰ ਮੰਨਦਾ ਨਾ ਜਿੰਨਾ ਵੀ ਹੋ ਸਕਦਾ ਗੁਰੂ ਸਾਹਿਬ ਉਹ ਤਾਂ ਨਹੀਂ ਕਹਿੰਦੇ ਭਾਵਾਂ ਕਹਿੰਦੇ ਤੂੰ ਥੋੜਾ ਥੋੜਾ ਹੀ ਚੱਲ ਕੋਈ ਕਰਨ ਚੱਕ ਗੁਰੂ ਕੰਨੀ ਨੂੰ ਤਦ ਵੀ ਤੇਰਾ ਬਹੁਤ ਫਾਇਦਾ ਤੈਨੂੰ ਬਹੁਤ ਲਾਭ ਹੋਵੇਗਾ ਆਹ ਦੱਸਿਆ ਵੀ ਜਦ ਇੱਕੋ ਹੀ ਕਰਨ ਚੱਕਦਾ ਨਾ ਸਮੇਤ ਜਗ ਦਾ ਫਲ ਗੁਰੂ ਕੇ ਦਰਬਾਰ ਗੁਰੂ ਕੇ ਦਫ਼ਤਰ ਦੇ ਵਿੱਚ ਲਿਖਿਆ ਮੁਝਣੇ ਪੈਣਾ ਸ਼ੁਰੂ ਹੋ ਜਾਣ ਲਿਖਣਾ ਲਿਖਿਆ ਜਾਂਦਾ ਸੂਖ ਅੱਖਰਾਂ ਦੇ ਨਾਲ ਆਪਾਂ ਸਕੂਲ ਦੁਨੀਆਂ ਦੇ ਵਿੱਚ ਰਹਿੰਦੇ ਹਾਂ ਸਕੂਲ ਦੁਨੀਆਂ ਹੈ ਜਦ ਜੀਵਾਤਮਾ ਸੂਖਮ ਦੁਨੀਆਂ ਨੂੰ ਜਾਵੇਗਾ ਨਾ ਸੂਖਮ ਦੁਨੀਆਂ ਫਿਰ ਉਹ ਜਿਹੜੀ ਇਹਦੀ ਕੀਤੀ ਹੋਈ ਮੁਸ਼ਕਤ ਜਾਂ ਸੇਵਾ ਜਾਂ ਨਾਮ ਦਾਨ ਜਾਂ ਦਾਨ ਇਸ਼ਨਾਨ ਕੀਤਾ ਉਹ ਤਾਂ ਫਲ ਅੱਗੇ ਜਾ ਕੇ ਜੀਵਾਤਮਾ ਨੂੰ ਮਿਲੇਗਾ ਜਿਹੜਾ ਇਹਦਾ ਪਿੱਛੇ ਕਰਿਆ ਹੈ ਜੀਵਾਤਮਾ ਦਾ ਹੁਣ ਆਏ ਜੂਨੀ ਦੇ ਵਿੱਚ ਇਹ ਭੋਗਦਾ ਸਾਰੇ ਅਮੀਰ ਕਿਉਂ ਨਹੀਂ ਹਨ ਸਾਰੇ ਅਮੀਰ ਹੋਣੇ ਚਾਹੀਦੇ ਤੇ ਕਿਸਾਨ ਹੋਣਾ ਚਾਹੀਦਾ ਜੀਵਾਤਮਾ ਤਾਂ ਇੱਕੋ ਜਿਹੀ ਹੈ ਸਾਰਿਆਂ ਕਰਤੱਵ ਦੇ ਵਿੱਚ ਫਰਕ ਜਿਹਾ ਜਾ ਕੋਈ ਕਰਤੱਵ ਕਰਦਾ ਨਾ ਉਹ ਜਿਹਾ ਉਸਨੂੰ ਫਲ ਮਿਲਦਾ ਉਹ ਦੱਸਿਆ ਵੀ ਸਵੇਤ ਜਗ ਦਾ ਫਲ ਇੱਕ ਕਦਮ ਚੱਕਣ ਵਾਲੇ ਨੂੰ ਮਿਲਦਾ ਫਿਰ ਦੱਸਿਆ ਵੀ ਪੁਰਨਾ ਜਿਹੜਾ ਕਰਦਾ ਜਾਣ ਦਾ ਉਹ ਮਨ ਸਾਫ਼ ਹੋਣਾ ਸ਼ੁਰੂ ਹੋ ਜਾਂਦਾ ਹਾਂ ਦੱਸਿਆ ਵੀ ਹਰ ਇੱਕ ਨੂੰ ਸ਼ਰਧਾ ਦੇ ਨਾਲ ਆਉਣਾ ਚਾਹੀਦਾ ਜਦ ਇਹ ਸ਼ਰਧਾ ਪੂਰੀ ਹੋਵੇਗੀ ਨਾ ਫਿਰ ਇਸ ਨੂੰ ਪੂਰਾ ਫਲ ਪ੍ਰਾਪਤ ਹੋਵੇਗਾ ਆਪਾਂ ਵਿਚਾਰ ਇਹੀ ਕਰਾਂਗੇ ਵੀ ਇੱਕ ਕਦਮ ਦਾ ਫਲ ਸਵੇਤ ਜਗ ਦਾ ਕਿਵੇਂ ਪ੍ਰਾਪਤ ਹੁੰਦਾ ਹਰ ਇੱਕ ਵਕਤ ਦੇ ਵਿੱਚ ਹੁੰਦਾ ਸਾਡੇ ਗੁਰੂ ਸਾਹਿਬ ਨੇ ਤਾਂ ਕਹਿਣਾ ਜ਼ਹਿਰ ਕਰ ਦਿੱਤੀ ਜਿਹਨਾਂ ਨੂੰ ਫਲ ਮਿਲਿਆ ਉਹਨਾਂ ਨੂੰ ਵੀ ਐਂ ਨਾਮ ਪਾਵ ਜਾਣੀ ਤ੍ਰਿਪਤੀ ਵਾਲੀ ਗੱਲ ਜਿਹੜੀ ਹੁੰਦੀ ਉਹਦੇ ਵਿੱਚ ਸੰਸਾ ਨਹੀਂ ਹੁੰਦਾ ਗੁਰੂ ਕੋ ਜਿਹੜੀ ਸਰੋਤ ਵੀ ਆ ਸੁਣਨਾ ਹੁੰਦਾ ਉਹਦੇ ਵਿੱਚ ਮੌਤ ਸੰਕਾ ਵੀ ਪੈ ਜਾਂਦਾ ਸਾਡੇ ਗੁਰੂ ਸਾਹਿਬ ਨੇ ਤਾਂ ਸਾਰੀਆਂ ਵਸਤਾਂ ਹਰ ਸਮਰ ਕਰ ਦਿੱਤੀਆਂ ਸਿੱਖਾਂ ਵਾਸਤੇ ਜਿੰਨੀਆਂ ਗੁਰਬਾਣੀ ਦੇ ਵਿੱਚ ਭਗਤਾਂ ਦੇ ਸਾਰੀਆਂ ਇਹ ਵਸਤਾਂ ਲਿਖੀਆਂ ਹੋਈਆਂ ਨੇ ਇਸੇ ਜਾਤ ਪਾਤ ਦਾ ਕੋਈ ਸਵਾਦ ਨਹੀਂ ਹੈ ਗੁਰਬਾਣੀ ਇਹ ਤਾਂ ਆਪਾਂ ਕਮਜ਼ੋਰ ਦਿਲਾਂ ਵਾਲਾ ਲੋਕਾਂ ਨੇ ਬਣਾ ਲਈਆਂ ਗੱਲਾਂ ਇਹ ਤਾਂ ਵਿਹਾਰ ਵਾਸਤੇ ਬਣੀਆਂ ਹੋਈਆਂ ਸਨ ਪਰਮਾਰਥ ਤਾਂ ਕੋਈ ਹੋਰ ਚੀਜ਼ ਆ ਗੁਰੂ ਆਪਾਂ ਤਾਂ ਥੱਲੇ ਹੀ ਰਹਿ ਗਏ ਆਪਾਂ ਤਾਂ ਸਰੀਰ ਦੇ ਹੀ ਫਸ ਗਏ ਜਿਹੜੇ ਸਰੀਰ ਨੇ ਮਿੱਟੀ 'ਚ ਮਿਲ ਜਾਣਾ ਜਿਹਦੇ ਵਾਸਤੇ ਜੀਵ ਆਤਮਾ ਇਸ ਨੂੰ ਮਿਲਿਆ ਉਸਦਾ ਇਸ ਨੂੰ ਗਿਆਨ ਕੋਈ ਨਹੀਂ ਸਾਧ ਸੰਗਤ ਉਹ ਦੱਸਿਆ ਇੱਕ ਸੁਮੇਲ ਜਗ ਦਾ ਫਲ ਮਿਲਦਾ ਇੱਕ ਕਦਮ ਰੱਖਣ 'ਤੇ ਗੁਰੂ ਕੰਨੀ ਨੂੰ ਜਾਂ ਤੱਥ ਵੀਤਾ ਗੁਰਸਿੱਖ ਕੋਈ ਮਹਾਂਪੁਰਸ਼ ਹੋਵੇ ਉਸਦੇ ਕੰਨੀ ਨੂੰ ਕਦਮ ਚੱਕਣ ਤੋਂ ਵੀ ਫਲ ਮਿਲਦਾ ਬੜੋ ਪ੍ਰੇਮ ਦੇ ਨਾਲ ਤਿੰਨ ਹਿੱਸਿਆਂ ਦੇ ਵਿੱਚ ਬੋਲਣਾ ਪਹਿਲਾਂ ਭਾਈ ਬੋਲਣਗੇ ਫਿਰ ਸਾਰੀ ਸੰਗਤ ਜਿੰਨੀ ਵੀ ਬੈਠੀ ਹੈ ਸਾਰੀਆਂ ਬੀਬੀਆਂ ਬੋਲਣਾ ਗੂੰਜ ਪਾ ਦੇਣੀ ਹੈ ਸਾਧ ਸੰਗਤ ਜਿਹੜਾ ਮਨ ਹੈ ਨਾ ਬਾਹਰ ਬਾਜ਼ਾਰਾਂ ਦੇ ਵਿੱਚ ਭੱਜਿਆ ਫਿਰਦਾ ਹੁਣ ਉਸ ਨੂੰ ਇੱਥੇ ਲਿਆਉਣਾ ਹੁਣ ਇਹ ਖੁੱਲ੍ਹਾ ਹੋਇਆ ਜੇ ਵੀ ਫਿਰਦਾ ਬਾਜ਼ਾਰਾਂ 'ਚ ਫਿਰਦਾ ਕਿ ਨਹੀਂ ਪਹਿਲਾਂ ਉਹਨੂੰ ਲੈ ਕੇ ਆਓ ਜਾ ਉਹ ਦੋ ਮਨ ਬਣਾ ਲਓ ਇੱਕ ਨਹੀਂ ਰੱਖਣਾ ਦੋ ਮਨ ਬਣਾਓ ਇਹਨਾਂ ਨੂੰ ਲੜਾਈ ਕਰਾਓ ਇਹਨਾਂ ਨੂੰ ਹੁਣ ਤੁਸੀਂ ਜਿਹੜਾ ਤੁਹਾਡਾ ਬਾਹਰ ਮਨ ਹੈ ਬਾਜ਼ਾਰਾਂ ਦੇ ਵਿੱਚ ਫਿਰਦਾ ਉਸ ਨੂੰ ਸ਼ੁੱਧ ਮਨ ਨਾਲ ਜਾ ਕੇ ਲੈ ਕੇ ਆਓ ਵੀ ਆ ਜਾ ਹੁਣ ਆਪਾਂ ਗੁਰਬਾਣੀ ਸੁਣਨੀ ਆ ਵਿਚਾਰ ਸੁਣਿਆ ਬਥੇਰਾ ਜਨਮ ਹੋ ਗਏ ਫਿਰਦੇ ਬਾਜ਼ਾਰਾਂ ਦੇ ਵਿੱਚ ਛੱਡਦੇ ਬਾਜ਼ਾਰ ਕਿਤੇ ਨਹੀਂ ਭੱਜਦੇ ਇੱਥੇ ਹੀ ਰਹਿਣੇ ਨੇ ਫਿਰ ਕਿਹੜਾ ਬਾਜ਼ਾਰ ਕਿਤੇ ਚਲੇ ਜਾਣੇ ਨੇ ਮਨ ਨੂੰ ਜਲਦੀ ਇਕਾਗਰ ਕਰਕੇ ਗੁਰਬਾਣੀ ਸੁਣੋ ਦੇਖੋ ਕਿਤਨਾ ਆਨੰਦ ਆਵੇਗਾ ਤੁਹਾਨੂੰ ਉਹ ਨਹੀਂ ਪਤਾ ਲੱਗੇਗਾ ਵੀ ਬਲੈਤ 'ਚ ਬੈਠਿਆ ਕਿ ਇੰਡੀਆ ਦੇ ਵਿੱਚ ਬੈਠਿਆ ਨਾ ਦੇਖ ਲਓ ਮਨ ਨੂੰ ਸ਼ੁੱਧ ਕਰਕੇ ਕੋਈ ਪ੍ਰੇਮੀ ਕਰ ਲਓ ਪਤਾ ਹੀ ਨਹੀਂ ਲੱਗੇਗਾ ਸਰੀਰ ਵੀ ਭੁੱਲ ਜਾਏਗਾ
ਇਤਨਾ ਆਨੰਦ ਆਵੇਗਾ ਗੁਰਬਾਣੀ ਦਾ, ਇਤਨਾ ਰਸਾ ਹੋਵੇਗਾ, ਇਤਨਾ ਅਨੁਭਵ ਹੋ ਜਾਏਗਾ, ਉਹਦਾ ਮਨ ਫਿਰ ਇਉਂ ਫੁਰਨਾ ਕਰੇਗਾ ਵੀ ਮੈਂ ਤਾਂ ਰੋਜ਼ ਹੀ ਗੁਰਬਾਣੀ ਰੋਜ਼ ਹੀ ਬਾਣੀ ਪੜਿਆ ਕਰਾਂ, ਰੋਜ਼ ਗੁਰਦੁਆਰੇ ਜਾਇਆ ਕਰਾਂ, ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਸ ਤਰ੍ਹਾਂ ਦਾ ਵੀ ਹੁੰਦਾ। ਆਓ ਪੜੋ ਪ੍ਰੇਮ ਨਾਲ, ਮਨ ਨੂੰ ਬਾਹਰੋਂ ਰੋਕ ਕੇ ਰੱਖਣਾ, ਪੜੋ ਪ੍ਰੇਮ। Thank you.
Thank you.
ਜਦ ਗੁਰਸਿੱਖ ਗੁਰਬਾਣੀ ਦੀ ਸੰਗਤ ਕਰੇਗਾ ਨਾ ਗੁਰੂਆਂ ਦੀ
ਤਾਂ ਗੁਰੂ ਇਸ ਨੂੰ ਬਹੁਤ ਸੁਖਾਇਣ ਰਸਤਾ ਦੱਸੇਗਾ। ਕਹਿਣਗੇ ਮਹਾਰਾਜ ਜੀ ਬੱਚੇ ਕੌਣ ਪਾਲ ਪਾਵੇਗਾ, ਜੇ ਤਾਂ ਖੁਦ ਗਰਜ ਹੁੰਦਾ ਗੁਰੂ ਤਾਂ ਇੱਥੇ ਲਪੇਟ ਵੀ ਗੱਲ ਕਰਦਾ ਨਹੀਂ। ਗੁਰੂ ਨੇ ਤਾਂ ਹਕੀਕਤ ਦੱਸਣੀ ਹੈ, ਗੁਰੂ ਨੇ ਤਾਂ ਸਚਿਆਈ ਪ੍ਰਗਟ ਕਰਨੀ ਹੈ। ਇੱਕ ਉਹੀ ਹੈ ਜਿਹੜਾ ਸਚਿਆਈ ਪ੍ਰਗਟ ਕਰਦਾ, ਜਿਹੜਾ ਖੁਦ ਗਰਜ ਮਾਇਆ ਵਾਸਤੇ ਕਰਦਾ ਉਹ ਤਾਂ ਇਹੀ ਫੇਰੀ ਕਰ ਜਾਏਗਾ। ਪਤਾ ਤੁਹਾਡੀ ਉਪਮਾ ਕਰੇਗਾ ਮਾਇਆ ਲੈਣ ਦਾ ਮਾਰਾ ਕਰੇਗਾ ਤਾਂ ਨਹੀਂ। ਕਿਸੇ ਦੀ ਉਪਮਾ ਕਰੋ ਚਾਹਣ ਜਾਂਦਾ ਉਹ ਚੰਗਾਉਂਦਾ ਉਸਨੂੰ ਕਾਹਦੇ ਵਾਸਤੇ ਮਾਇਆ ਵਾਸਤੇ। ਦੋ ਹੀ ਰਹਿ ਗਏ ਤੁਸੀਂ ਜਿਹੜਾ ਗੁਰਸਿੱਖਾ ਨਹੀਂ, ਜੋ ਸਚਿਆਈ ਹੈ ਜੋ ਗੁਰਬਾਣੀ ਕਹਿੰਦੀ ਹੈ ਉਹ ਉਸ ਦੱਸੇਗਾ ਵੀ ਮੰਨਣਾ ਨਾ ਮੰਨਣਾ ਇਹ ਹੁਣ ਆਪਣੀ ਬੁੱਧ ਦਾ ਕੰਮ ਹੈ। ਮਹਾਰਾਜ ਕਹਿਣਗੇ ਠੀਕ ਹੈ ਤਾਂ ਸਵਾਦ ਤਾਂ ਕਰ ਦਿੱਤਾ, ਪਰ ਗੁਰਮੁਖਾ ਆ ਜਿਹੜੇ ਤੂੰ ਕੰਮ ਕਾਰਾਂ ਨੂੰ ਕਹਿਣਾ ਨਾ ਵੀ ਸਰਦਾ ਵੀ ਕਰਿਆ ਬਿਨਾ ਠੀਕ ਹੈ, ਕੰਮ ਕਾਰ ਤਾਂ ਸੁਦੇ ਹੀ ਹੋਏ ਜਾਣੇ ਨੇ। ਮਹਾਰਾਜ ਕਹਿੰਦੇ ਔਰ ਕਾਜ ਤੇਰੇ ਕਿਤੇ ਨਾ ਕਾਮ। ਹੁਣ ਦੱਸੋ ਕੌਣ ਕਹਿੰਦਾ? ਸਾਡਾ ਗੁਰੂ ਕਹਿੰਦਾ ਸਾਹਮਣੇ ਪ੍ਰਕਾਸ਼ ਆ। ਦੱਸੋ ਫਿਰ ਅਸੀਂ ਸੱਚ ਮੰਨੀਏ ਜਾਂ ਝੂਠ ਮੰਨੀਏ, ਜਾਂ ਇਹਦੇ ਚੱਲੀਏ ਜਾਂ ਨਾ ਚੱਲੀਏ। ਹੁਣ ਆਪਣੀ ਬੁੱਧ ਨਾਲ ਵਿਚਾਰ ਕਰ, ਇਹ ਤਾਂ ਬੁੱਧਵਾ ਨਿਰਮਲ ਤੇ ਸਾਫ਼। ਉਹਦਾ ਕਹਿੰਦਾ ਹਾਂ ਜਾਂ ਗੁਰੂ ਸਾਹਿਬ ਕਹਿੰਦਾ ਮੇਰੀ ਗਲਤੀ ਹੈ ਮੇਰੀ ਭੁੱਲ ਹੈ, ਮੈਂ ਚੱਲਦਾ ਨਹੀਂ ਗੁਰੂ ਸਾਹਿਬ ਜੋ ਕਹਿੰਦਾ ਇਵੇਂ ਜਿਵੇਂ ਕਹਿੰਦਾ, ਸਚਿਆਈ ਕਹਿੰਦਾ ਹਕੀਕ ਕਹਿੰਦਾ ਠੀਕ ਹੈ, ਮੇਰੇ ਕੰਮ ਕਿਸੇ ਲੇਖੇ ਨਹੀਂ ਆਉਣੇ। ਗੁਰੂ ਸਾਹਿਬ ਜਿਹੜਾ ਗੁਰੂ ਹੁੰਦਾ ਉਹ ਦੀਰਘ ਦ੍ਰਿਸ਼ਟੀ ਹੁੰਦਾ, ਜਿਹੜਾ ਜੀਵ ਆ ਅਲਪੰਗ ਆ ਅਲਪ ਦ੍ਰਿਸ਼ਟੀ ਹੁੰਦਾ। ਇਹੋ ਗੁਰੂ ਸਾਹਿਬ ਕਹਿਣਗੇ ਵੀ ਠੀਕ ਹੈ ਬਈ ਅਮਰ ਕਾਜ ਤੇਰੇ ਕਿਤੇ ਨਾ ਕਾਮ, ਜਿਹੜੇ ਤੂੰ ਕੰਮ ਕਾਰ ਕਰਦਾ ਨਾ ਕੋਈ ਇਤਨੀ ਬਿਜਨਸ ਇਉਂ ਕਰਨਾ ਇਉਂ ਇੰਨਾ ਸਭ ਕੁਛ ਕਰਨਾ ਬਥੇਰੀ ਦੁਨੀਆਂ ਭੱਜੀ ਫਿਰਦੀ ਹੈ ਸਾਧ ਸੰਗ, ਪਰ ਉਹ ਗੱਲ ਨਹੀਂ ਬਣਨੀ ਹੈ। ਮਹਾਰਾਜ ਕਹਿੰਦੇ ਵੀ ਇਹ ਤਾਂ ਕੰਮ ਕਾਰ ਜਦ ਤੇਰਾ ਜੀਵ ਆਤਮਾ ਅੱਗੇ ਜਾਵੇਗਾ ਨਾ, ਇਹ ਸਰੀਰ ਦੇ ਵਿੱਚ ਤਾਂ ਇਸਨੇ ਬੈਠਾ ਨਹੀਂ ਰਹਿਣਾ। ਜੇ ਬੈਠਾ ਰਹਿਣਾ ਉਹਨਾਂ ਦਾ ਗੁਰੂ ਸਾਹਿਬ ਜੀ ਬਾਣੀ ਦੇ ਵਿੱਚ ਲਿਖਦੇ, ਬਾਣੀ ਦੇ ਵਿੱਚ ਲਿਖਿਆ ਫਿਰਤ ਫਿਰਤ ਬਹੁਤੇ ਯੁੱਗ ਹਾਰ, ਬਹੁਤ ਯੁੱਗ ਹੋ ਗਏ ਤੈਨੂੰ ਹੈ ਜੀਵ ਆਤਮਾ ਤਰਜੁਨੀਆਂ ਦੇ ਵਿੱਚ ਫਿਰਦੇ ਨੂੰ, ਹੁਣ ਤਾਂ ਤੂੰ ਜੁਨੀਆਂ ਤੋਂ ਵੱਜ ਜਾ, ਹੁਣ ਤਾਂ ਤੈਨੂੰ ਮਨੁੱਖਾਂ ਦੇ ਪ੍ਰਾਪਤ ਹੋ ਗਈ, ਤੈਨੂੰ ਪੂਰਾ ਗਿਆਨ ਹੈ ਵੀ ਕਾਹਦੇ ਵਾਸਤੇ ਆਇਆ। ਜੇ ਤੂੰ ਨਹੀਂ ਕਰਦਾ ਤਾਂ ਫਿਰ ਤੇਰੀ ਵੀ ਗਲਤੀ ਹੋਈ ਨਾ। ਦੱਸਿਆ ਵੀ ਫਿਰ ਫਿਰਤ ਬਹੁਤੇ ਯੁੱਗ ਹਾਰਿਓ, ਮਾਨਸ ਦੇ ਲਈ ਫੇਰ ਨਹੀਂ ਮਿਲੇਗੀ ਇਹ ਮਨੁੱਖਾ। ਬਸ ਆਹਦਾ ਉੱਤਰ ਹੈ ਸਾਧ ਸੰਗਤ, ਹੁਣ ਚਾਹੇ ਤਾਂ ਪਦਾਰਥ ਕਮਾ ਲਓ ਤੁਸੀਂ, ਚਾਹੇ ਤਾਂ ਪਾਪ ਇਕੱਠੇ ਕਰ ਲਓ, ਭਰ ਲਓ ਘਰ ਭਰ ਲਓ ਪਾਪ ਸਾਰੇ ਕੀਤੇ ਹੋਏ ਫਿਰ ਸਾਧ ਸੰਗਤ। ਇਹ ਜੀਵ ਆਤਮਾ ਨੂੰ ਜੋ ਪਾਪਾਂ ਦਾ ਫਲ ਹੈ, ਹਰ ਇੱਕ ਚੀਜ਼ ਦਾ ਫਲ ਹੁੰਦਾ, ਜੇ ਨਾ ਫਲ ਹੋਵੇ ਤਾਂ ਫਿਰ ਅੰਤ ਧੁੰਦ ਹੋ ਜਾਵੇ, ਅੰਤ ਧੁੰਦ ਤਾਂ ਹੈ ਜੀ। ਜਿਹੜਾ ਪਰਮਾਤਮਾ ਇਹ ਤਾਂ ਬਹੁਤ ਰੋਸ਼ਨ ਚੀਜ਼ ਹੈ ਸਾਧ, ਆਮ ਦੁਨੀਆਂ ਦੇ ਪਦਾਰਥ ਆਮ ਜਿਹੜੇ ਵਿਹਾਰ ਨੇ ਅੰਧ ਧੁੰਦ ਹੋ ਸਕਦੇ ਨੇ, ਪਰ ਬਾਣੀ ਅੰਧ ਧੁੰਦ ਨਹੀਂ ਹੈ। ਬਾਣੀ ਤਾਂ ਪੂਰੀ ਤਾਂ ਸਮੱਗਰੀ ਉਚਾਰਨ ਕੀਤੀ ਹੋਈ ਹੈ, ਇੱਕ ਅਲਾਜ ਸੱਚੀ ਬਾਣੀ ਹੈ, ਗੁਰਬਾਣੀ ਹੈ। ਆਮ ਕਵਿਤਾ ਹੁੰਦੀਆਂ ਨੇ ਜੀਵਾਂ ਦੀਆਂ ਬਣਾਈਆਂ ਹੋਈਆਂ, ਜੀਵ ਤਾਂ ਜੀਵ ਇਹ ਤਾਂ ਉਹ ਤਾਂ ਗਿਆਨੀ ਹੁੰਦਾ, ਜੀਵ ਤਾਂ ਗੁਰੂ ਤਾਂ ਸਰਵੱਗ ਹੁੰਦਾ ਸਾਧ, ਸਾਰਾ ਆਤਮ ਦਾ ਗੁਰੂ ਨੂੰ ਤਾਂ ਜੋ ਉਸ ਦੁਨੀਆਂ ਦੇ ਉੱਤੇ ਹੋ ਰਿਹਾ। ਇਹ ਦੱਸਿਆ ਵੀ ਫਿਰਤ ਫਿਰਤ ਬਹੁਤੇ ਯੁੱਗ ਹਾਰੇ, ਮਾਨਸ ਦੇ ਲਈ ਮਨੁੱਖਾਂ ਦੇ ਦਾ ਬਹੁਤ ਮਹੱਤਤਾ ਗੁਰੂ ਕਰ ਸਾਰਿਆਂ ਮਤਾਂ ਦੇ ਵਿੱਚ ਹੀ ਹੈ, ਕਿਸੇ ਮਤ ਦੇ ਵਿੱਚ ਕਿਸੇ ਗ੍ਰੰਥ ਧਾਰਨ ਕਰੇ ਸ਼ਾਸਤਰ ਜੋ ਤੁਸੀਂ ਪੜ੍ਹ ਕੇ ਦੇਖੋ, ਮਨੁੱਖਾਂ ਦੇ ਲਈ ਬਹੁਤ ਵਡਿਆਈ ਕਰੀ ਹੈ। ਕਿਉਂ ਵਡਿਆਈ ਕਰੀ ਹੈ? ਇਹਦਾ ਜੀਵ ਭੁੱਲਿਆ ਫਿਰਦਾ ਇੱਕ ਦੁਨੀਆਂ ਦੇ ਵਿੱਚ, ਇਹ ਜੀਵ ਸਰੀਰ ਦੇ ਆਸਰੇ ਇਸਨੇ ਜੋ ਪਰਮੇਸ਼ਰ ਆ ਨਾ ਨਿਰਾਕਾਰ ਵਾਹਿਗੁਰੂ ਉਹਦੇ ਵਿੱਚੋਂ ਭੇਦ ਹੋਣਾ, ਚਾਹੇ ਤਾਂ ਹੁਣ ਹੋ ਲਓ ਤੁਸੀਂ, ਜਾਂ ਫਿਰ 83 ਲੱਖ ਜੂਨ ਦੇ ਵਿੱਚ ਹੀ ਗੇੜਾ ਕੱਟੂਗਾ, ਫਿਰ ਇਹਨੂੰ ਮਨੁੱਖਾਂ ਦੇ ਮਿਲਣੀ ਸੀ, ਫਿਰ ਨਹੀਂ ਤਾਂ ਫਿਰ ਕੁੱਲ ਨੂੰ ਚੱਕਲਾ ਤਿੰਨਾਂ ਗੁਣਾ ਦਾ ਇਹ ਜਾਲ ਛਾਇਆ ਹੋਇਆ ਦੁਨੀਆਂ ਦੇ ਉੱਤੇ, ਨਿਕਲ ਨਹੀਂ ਸਕਦਾ। ਉਹ ਗੁਰਬਾਣੀ ਦਾ ਸੰਗਤ ਦੱਸਿਆ ਵੀ ਕੱਲ ਜਿਵੇਂ ਗੁਰਬਾਣੀ ਚਾਨਣ ਰੋਸ਼ਨੀ ਹੈ, ਰੋਸ਼ਨ ਮਨਾਰਾ ਜੀ ਨੂੰ ਕਹਿੰਦੇ ਨੇ, ਇਹ ਜੀਵ ਨੂੰ ਸਰੀਰ ਦੇ ਸੰਬੰਧ ਕਰਕੇ ਉਪਦੇਸ਼ ਕਰਦੀ ਆ ਵੀ ਇਹ ਜੀਵ ਤੂੰ ਸਰੀਰ ਦੇ ਸੰਬੰਧ ਕਰਕੇ
ਪਰਮੇਸ਼ਰ ਦੀ ਬਾਨੀ ਕਰ ਤੂੰ ਫਿਰ ਮੇਰੇ ਵਿੱਚ ਭੇਦ ਹੋ ਜਾ ਤੇਰਾ ਜਿਹੜਾ ਚੱਕਰ ਜਿਹਾ ਨਾ ਜਿਹੜਾ ਘੁੰਮਦਾ ਫਿਰਦਾ ਜਿਵੇਂ ਲਾਟੂ ਘੁੰਮਦਾ ਹੁੰਦਾ ਹੈ ਘੁੰਮਦਾ ਫਿਰਦਾ ਦੁਨੀਆਂ ਦੇ ਵਿੱਚ ਇਹ ਤੇਰਾ ਸਾਰਾ ਕੱਟਿਆ ਜਾਵੇਗਾ ਤੂੰ ਵਿਸਰਾਮ ਨੂੰ ਪ੍ਰਾਪਤ ਹੋ ਜਾਏਗਾ ਤੂੰ ਮੇਰੇ ਵਿੱਚੋਂ ਲੈ ਹੋ ਜਾਏਗਾ ਤੂੰ ਸੁਖਾਂ ਦੇ ਸਮੁੰਦਰ ਦੇ ਵਿੱਚ ਲੈ ਹੋ ਜਾਏਗਾ ਦੁੱਖ ਤੇਰੇ ਨੇੜੇ ਹੀ ਨਹੀਂ ਆਵੇਗਾ ਸਾਧ ਸੰਗਤ ਇਹਨੂੰ ਦੱਸਿਆ ਵੀ ਫਿਰ ਸਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ ਨਾਨਕ ਕਹਿ ਤੋਂ ਮਿਲਣ ਕੀ ਮਿਲਿਆ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਐ ਜੀਵ ਉਪਦੇਸ਼ ਤਾਂ ਜੀਵ ਨੇ ਹੁੰਦਾ ਹੁੰਦਾ ਸਰੀਰ ਦੇ ਸੰਬੰਧ ਕਰਕੇ ਇਹ ਵੀ ਕਹਿ ਸਰ ਮਹਾਰਾਜ ਜੀ ਨੇ ਇੱਕ ਇਹ ਅਸੂਲ ਆਏ ਸੂਖਮ ਜਿਹੜੇ ਆਪ ਲੋਕ ਨੇ ਨਾ ਵਰੋਂ ਗਿਆ ਨੀ ਉਹਨਾਂ ਨੂੰ ਆਤਮ ਗੱਲ ਇਹ ਹੋ ਜਾਂਦੀ ਹੈ ਜਾ ਕੇ ਆਪਾਂ ਨੂੰ ਨਹੀਂ ਆਪਣੀ ਬੁੱਧ ਆ ਜਿਹੜੀ ਉਹ ਸੁੱਤੀ ਪਈ ਹੈ ਜਿਹੜੀ ਬੁੱਧ ਨੇ ਗੱਲ ਨੂੰ ਫੜਨਾ ਨਾ ਜਾਂ ਵਿਚਾਰ ਕਰਨੇ ਵਿਵੇਕ ਜਾਵੇ ਜਾ ਕੇ ਗੁਰਬਾਣੀ ਭਜਨ ਦੁਆਰਾ ਸੇਵਾ ਦੁਆਰਾ ਫਿਰ ਇਸ ਨੂੰ ਗੱਲ ਵੀ ਅਨੁਭਵ ਹੋ ਜਾਏਗੀ ਵੀ ਹਾਂ ਬਈ ਮੈਂ ਤਾਂ ਬਹੁਤ ਦੁਨੀਆਂ ਦੇ ਵਿੱਚ ਫਿਰਦਾ ਆਇਆ ਮੈਂ ਤਾਂ ਭੁੱਲਿਆ ਰਿਹਾ ਮੈਂ ਹੁਣ ਮੈਨੂੰ ਪਤਾ ਲੱਗਿਆ ਵੀ ਮਨੁੱਖਾਂ ਦੇ ਤਾਂ ਬਹੁਤ ਮੁੱਕਦਾ ਬਹੁਤ ਬਹੁਤ ਕਦਰਾਂ ਮਨੁੱਖਾਂ ਦੇ ਜੀ ਇਹੋ ਸਾਲ ਵੀ ਬਹੁਤ ਦੁਨੀਆਂ ਦੇ ਵਿੱਚ ਜੀਵ ਆਤਮਾ ਭਟਕਦਾ ਆਇਆ ਬੜੋ ਪ੍ਰੇਰਨਾ ਨਾਲੇ ਹੁੰਦਾ ਸਾਡਾ ਗੁਰੂ ਦੱਸਦਾ ਉਹ ਭੁੱਲਿਆ ਉੱਥੇ ਵਿਚਾਰਾ ਹੁਣ ਉਹ ਸਜ਼ਾ ਭੁਗਤਦਾ ਫਿਰਦਾ
ਨਿਉਂ ਦੱਸਿਆ ਬਈ ਕਈ ਜਨਮ ਹੈ ਬਿਰਖ ਜੋੜ ਹੈ ਨਾਮ ਆ ਘੋੜੇ ਦਾ ਬਿਰਖ ਨਾਮ ਆ ਦਰਖਤ ਜਿਹੜੇ ਖੜੇ ਫਿਰ ਕੀ ਦੱਸਿਆ ਫਿਰ ਅੱਗੇ ਦੱਸਤਾ ਮਿਲ ਜਗਦੀਸ਼ ਮਿਲਣ ਕੀ ਕਰੀ ਹੈ ਜੋ ਜਗਤ ਦਾ ਈਸ਼ਰ ਜੋ ਕਰਤਾ ਨਾ ਨਿਰਗੁਣ ਪਰਮੇਸ਼ਰ ਉਸ ਨੂੰ ਮਿਲਣ ਵਾਸਤੇ ਤੈਨੂੰ ਤਾਂ ਮਨੁੱਖਾ ਨੇ ਮਿਲੀ ਮਿਲ ਜਗਦੀਸ਼ ਮਿਲਣ ਕੀ ਕਰੀ ਆ ਚਿਰੰਕਾਲ ਇਹ ਦੇਹ ਸੁਜਰੀਆ ਹਮੇਸ਼ਾ ਇਹ ਸਰੀਰ ਜੀਵਾਤਮਾ ਤੇਰੇ ਕੋਲ ਨਹੀਂ ਰਹਿਣਾ ਇਹ ਤਾਂ ਕੁਝ ਚਿਰ ਵਾਸਤੇ ਤੈਨੂੰ ਮਿਲਿਆ ਜੀ ਤਾਂ ਨਿਮਟਾ ਹੱਦੋ ਹੈ ਕੋਈ ਪਰ ਇਹਦਾ ਪਤਾ ਨੀ ਇਸਨੇ ਕਦ ਚ ਲੈ ਜਾਣਾ ਸਰ ਇੱਕ ਤਾਂ ਚੀਜ਼ ਹੁੰਦੀ ਆ ਉਸਦੀ ਮਿਆਦ ਹੁੰਦੀ ਆ ਜਿੱਦਾਂ ਗਰੰਟੀ ਕਹਿੰਦੇ ਨਾ ਗਰੰਟੀ ਹੁਣ ਜੇ ਆਪਾਂ ਕੋਈ ਵਸਤੂ ਲਈ ਉਹਦੀ ਗਰੰਟੀ ਨਹੀਂ ਅੱਗੋਂ ਵਿਗੜ ਜਾ ਆਪਾਂ ਉਸ ਤੋਂ ਉਹਨੂੰ ਦੇ ਦਿੰਦੇ ਹਾਂ ਜਾ ਕੇ ਵੀ ਇਹਦਾ ਗਰੰਟੀ ਜੀ ਅੱਗੋਂ ਕਿਉਂ ਵਿਗੜ ਗਈ ਪਰ ਇਹਦੀ ਕੋਈ ਗਰੰਟੀ ਨਹੀਂ ਮਨੁੱਖਾ ਦੇ ਆ ਸਾਧ ਸੰਗਤ ਇਹ ਤਾਂ ਕਲਯੁੱਗ ਦੇ ਵਿੱਚ 100 ਸਾਲ ਦੀ ਉਮਰ ਰੱਖੀ ਹੈ ਚਾਰ ਯੁੱਗ ਨੇ ਸਾਰੇ ਸਤਯੁੱਗ ਦੇ ਵਿੱਚ ਤਾਂ ਲੱਖ ਵਰਸ ਦੀ ਉਮਰ ਹੁੰਦੀ ਸੀ ਇੱਕ ਪ੍ਰਾਣੀ ਦੀ ਆਦਮੀ ਦੀ ਤ੍ਰੇਤੇ ਦੇ ਯੁੱਗ ਦੇ ਵਿੱਚ 10 ਹਜ਼ਾਰ ਵਰਸ ਦੀ ਹੁੰਦੀ ਸੀ ਇੱਕ ਆਦਮੀ ਦੀ ਤੇ ਫਿਰ ਦੁਆਪਰ ਦੇ ਵਿੱਚ ਹੁੰਦੀ ਸੀ 1000 ਸਾਲ ਦੀ ਕਲਯੁੱਗ ਦੇ ਵਿੱਚ 100 ਸਾਲ ਦੀ ਉਮਰ ਜਿਵੇਂ ਜਿਵੇਂ ਸਮਾਂ ਬਦਲਦਾ ਚਲਿਆ ਜਾਂਦਾ ਇਹ ਉਮਰ ਬਦਲਦੀ ਚੱਲਦੀ ਹੈ ਕਿਤਾਬ ਵੀ ਬਦਲਦੇ ਚਲੇ ਜਾਂਦੇ ਤੇ ਜੋ ਭਜਨ ਪਾਠ ਉਹ ਵੀ ਬਦਲਦਾ ਚਲਿਆ ਜਾਂਦਾ ਇਹ ਦੱਸਿਆ ਵੀ 100 ਸਾਲ ਦੀ ਉਮਰ ਔਰ ਪਤਾ ਨੀ ਕਦ ਚ ਲੈ ਜਾਣਾ ਇਸ ਜੀਵ ਆਤਮਾ ਨੇ ਸਭ ਪਤਾ ਕਿਸੇ ਨੂੰ ਪਤਾ ਤਾਂ ਨੀ ਕਈ ਤਾਂ ਬੱਚੇ ਸਾਸਨ ਮਾਤਾ ਦੇ ਉਧਰ ਚੋਂ ਮਰੇ ਹੋਏ ਨਿਕਲਦੇ ਨੇ ਸਰੀਰ ਅੰਦਰ ਸੂਰ ਉਹ ਜਿਹੜਾ ਚੇਤਨ ਕਲਾ ਨਾ ਜਿਹਦੇ ਆਸਰੇ ਉਸਨੇ ਹਰਕਤ ਕਰ ਲਈ ਸੀ ਉਹਦੇ ਵਿੱਚ ਆਈ ਨੀ ਜਿਸਨੇ ਇਸਦੀ ਮਹੱਤਤਾ ਜਿਹੜੀ ਸੀ ਸਰੀਰ ਨੂੰ ਉਹ ਆਈ ਨੀ ਉਸਦਾ ਕੋਈ ਇਸਦਾ ਪਾਪ ਕਰਿਆ ਹੋਇਆ ਸੀ ਦਾਨੇ ਜਿਹੜੇ ਮਨਮੁੱਖ ਨੇ ਨਾ ਉਹ ਕਹਿੰਦੇ ਫਿਰ ਇਸ ਤਰ੍ਹਾਂ ਉਹਨਾਂ ਨੂੰ ਸਜ਼ਾ ਮਿਲਦੀ ਆ ਉਹ ਫਿਰ ਜੰਮਦੇ ਮਰਦੇ ਰਹਿੰਦੇ ਨੇ ਜੰਮਦੇ ਇਹ ਸਾਧ ਸੰਗਤ ਦੱਸਿਆ ਬਈ ਕਈ ਬੱਚੇ ਦੇਖੋ ਬੱਚੇ ਮਾਤਾ ਦਰ ਚਲੇ ਜਾਂਦੇ ਨੇ ਸਾਧ ਸੰਗਤ ਇਹ ਵੀ ਇੱਕ ਐਸਾ ਖੇਡ ਜਿਹਾ ਰਚਿਆ ਮਰਦਾ ਨਹੀਂ ਹੁੰਦਾ ਕੁਛ ਮਰਦਾ ਨਹੀਂ ਹੈ ਸਰੀਰ ਆ ਜਿਹੜਾ ਹੋਰ ਆ ਜੀਵਾਤਮਾ ਹੋਰ ਆ ਸੰਬੰਧ ਹੁੰਦਾ ਸਰੀਰ ਦੇ ਨਾਲ ਫਿਰ ਉਹਦੇ ਵਿੱਚੋਂ ਨਿਕਲ ਜਾਂਦਾ ਹੋਰ ਚੁੰਨੀ 'ਚ ਚਲਿਆ ਜਾਂਦਾ ਆਪਣਾ ਹੁੰਦਾ ਉਸ ਚੀਜ਼ ਦੇ ਨਾਲ ਮੋਹ ਹੈ ਜਿਹੜਾ ਉਹ ਆਪਾਂ ਪਿੱਟਣ ਲੱਗ ਜਾਂਦੇ ਹਾਂ ਆਪਾਂ ਪਿੱਟਣ ਲੱਗ ਜਾਂਦੇ ਹਾਂ ਮੋਹ ਕਰਕੇ ਹੀ ਪਿੱਟਦੇ ਹਾਂ ਸਾਧ ਸੰਗ ਤੋਂ ਤਾਂ ਮਰਿਆ ਨਹੀਂ ਹੈ ਜੀਵਾਤਮਾ 'ਚ ਨਿਕਲ ਗਿਆ ਸਰੀਰ ਪਹਿਲਾਂ ਹੀ ਮਰਿਆ ਹੋਇਆ ਸਰੀਰ ਤਾਂ ਪਹਿਲਾਂ ਹੀ ਮਰਿਆ ਹੋਇਆ ਇਹ ਉਹ ਦੱਸਿਆ ਵੀ ਇਸਦੀ ਬੁਨਿਆਦ ਕੋਈ ਨਹੀਂ ਕਬਰਾਂ ਕਾਲ ਆਪਣੇ ਕੋਲ ਜੀਵਾਤਮਾ ਸਰੀਰ ਖੁੱਸ ਜਾਣ ਜਿਹੜਾ ਆਪਾਂ ਕਹਿੰਦੇ ਨਾ ਆਪਾਂ ਜੀਵਾਤਮਾ ਉਹ ਨਹੀਂ ਮਰਦਾ ਗੁਰਬਾਣੀ ਦੱਸਿਆ ਵੀ ਮਰਨ ਹਾਰੇ ਜੀਅਰਾ ਨਹੀਂ ਇਹਦੇ 'ਤੇ ਇਹ ਜਿਹੜੀ ਸ਼ਰਤ ਆ ਇਹਦੇ ਨਹੀਂ ਜੀਵਾਤਮਾ 'ਤੇ ਬਸ ਇਹ ਸਰੀਰ 'ਤੇ ਆ ਜਿਹੜੀ ਸ਼ਰਤ ਹੈ ਸਰੀਰ ਸਰੀਰ ਮਰਦਾ ਆਤਮਾ ਨਹੀਂ ਮਰੇਗਾ ਅਮਰ ਵਸਤੂ ਉਹਨੇ ਮਰਨਾ ਨਹੀਂ ਹੈ ਇਹ ਤਾਂ ਇੱਕ ਵਿਛੜਾ ਪਰਮੇਸ਼ਰ ਉਹ ਤ੍ਰਿਜੁਨੀਆਂ ਦੇ ਵਿੱਚ ਠੇਡੇ ਖਾਂਦਾ ਫਿਰਦਾ ਜਦ ਪਰਮੇਸ਼ਰ ਦੇ ਵਿੱਚ ਮਿਲ ਜਾਏਗਾ ਭੇਦ ਹੋ ਜਾਏਗਾ ਫਿਰ ਇਹ ਤ੍ਰਿਜੁਨੀਆਂ 'ਚ ਵੀ ਨਹੀਂ ਇਸਨੇ ਆਉਣਾ ਉਹ ਦੱਸਿਆ ਵੀ ਇਸ ਨੂੰ ਪਰਮੇਸ਼ਰ ਨੂੰ ਮਿਲਣ ਵਾਸਤੇ ਮਨੁੱਖਾਂ ਦੇ ਮਿਲੀ ਹੈ ਜਾਣੀ 100 ਸਾਲ ਤੋਂ ਤਾਂ ਜ਼ਿਆਦਾ ਕੋਈ ਰਹਿ ਨਹੀਂ ਨਾ ਸਕਦਾ ਨਹੀਂ ਰਹਿ ਸਕਦਾ ਇਸ ਤਰ੍ਹਾਂ ਫਸਲਾਂ ਨੇ ਜ਼ਿਮੀਂਦਾਰ ਲੋਕ ਜਾਣਦੇ ਨੇ ਹਾੜੀਆਂ ਪੰਗਲ ਹਾੜੀ ਦੀ ਮਨਿਆਦ ਆ ਉਹ ਪੱਕ ਜਾਏਗੀ ਜੇ ਆਪਾਂ ਨਹੀਂ ਵੱਟਾਂਗੇ ਨਾ ਉਸ ਨੂੰ ਤਾਂ ਹਵਾ ਨਾ ਉੱਡ ਜਾਏਗੀ ਚੁੱਕ ਕੇ ਬਸ ਮਨਿਆਦ ਖਤਮ ਹੋ ਗਈ ਇਹ ਇਸ ਤਰ੍ਹਾਂ ਹੀ ਜੀਵ ਆਤਮਾ ਇਹਦੇ ਵਿੱਚ ਸਾਹ ਗਿਣ ਕੇ ਪਾਏ ਹੋਏ ਨੇ ਜਿੰਨਾ ਚਿਰ ਉਹ ਸਾਹ ਆਉਣਗੇ ਉਹਨਾਂ ਚਿਰ ਜੀਵ ਆਤਮਾ ਰਹੇਗਾ ਫਿਰ ਇਹਦੇ ਵਿੱਚੋਂ ਨਿਕਲ ਜੂਗਾ ਅੱਗੇ ਫਿਰ ਕਰਮਾਂ ਦੇ ਅਨੁਸਾਰ ਉਸਨੂੰ ਅੱਗੇ ਵੀ ਕਰਮਾਂ ਦੇ ਅਨੁਸਾਰ ਹੀ ਉਹ ਵਿਚਾਰਾ ਗੇੜੇ ਖਾਂਦਾ ਫਿਰਦਾ ਜਿਆਦੇ ਗੁਰਬਾਣੀ ਨਾਮ ਦੁਆਰਾ ਹੌਲੀ ਹੌਲੀ ਝੌਸਣਾ ਸ਼ੁਰੂ ਹੋ ਜਾਏਗਾ ਤਾਂ ਫਿਰ ਉਸਦੇ ਲੋਕਾਂ ਦਾ ਵਾਸੀ ਹੋਣਾ ਸ਼ੁਰੂ ਹੋ ਜਾਏ ਇਹ ਦੱਸਿਆ ਵੀ ਮਿਲ ਜਗਦੀਸ਼ ਮਿਲਣ ਕੀ ਕਰੀ ਆ ਚਿਰੰਕਾਲ ਉਸ ਕਾਲ ਵਾਸਤੇ ਤੈਨੂੰ ਮਿਲੀ ਆ ਫਿਰ ਇਹ ਖੋਲ ਲਏਗੀ ਜਾਣੀ ਜੀਵ ਆਤਮਾ ਦੇ ਚੋਂ ਨਿਕਲ ਜਾਏਗਾ
ਹਾਂ ਤੂੰ ਇਹ ਸਰੀਰ ਦੇ ਹੁੰਦੇ ਹੁੰਦੇ ਪਰਮੇਸ਼ਰ ਨੂੰ ਮਿਲ ਸਕਦਾ ਆਓ ਭਈ ਪ੍ਰਾਪਤ ਮਾਨੁਖ ਦੇ ਹੁੰਦੀ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਫਿਰ ਸਵਾਲ ਕਰ ਦਿੱਤਾ ਮਹਾਰਾਜ ਕਹਿਣ ਲੱਗੇ ਵੀ ਠੀਕ ਆ ਕੰਮ ਕਾਰ ਕਰੀ ਜਾ ਤੂੰ ਇਹਨਾਂ ਨੂੰ ਜੇ ਸਭ ਕੁਛ ਸਮਝਦਾ ਤਾਂ ਇਹਨਾਂ ਦੀ ਤਾਂ ਅੱਗੇ ਫੁੱਟੀ ਗੋਡੀ ਵੀ ਕੀ ਉਤਨੀ ਪੈਣੀ ਜਾਂ ਤੂੰ ਪਰਲੋਕ ਨੂੰ ਜਾਵੇਂਗਾ ਇੱਥੇ ਕਿਸੇ ਨੇ ਬੈਠਾ ਨਹੀਂ ਰਹਿਣਾ ਆਪਣੋ ਆਪਣੇ ਮਤ ਅਨੁਸਾਰ ਸਾਰੀ ਦੁਨੀਆਂ ਜਾਂਦੀ ਹੈ ਸਰ ਸਾਰੀ ਦੁਨੀਆਂ ਨੇ ਤੁਰ ਜਾਣਾ ਆਪਣੇ ਬਜ਼ੁਰਗ ਕਿੱਥੇ ਨੇ ਜੇ ਆਪਾਂ ਧਾਨਾ ਮਾਰ ਕੇ ਬੈਠ ਜਾਈਏ ਵੀ ਅਸੀਂ ਇੱਥੇ ਹੀ ਰਹਿਣਾ ਤਾਂ ਫਿਰ ਇਹ ਤਾਂ ਸਾਡੀ ਗਲਤੀ ਹੈ ਸਾਡੀ ਗਲਤੀ ਹੈ ਇਹ ਤਾਂ ਉਹ ਤਾਂ ਹੈ ਹੀ ਨਹੀਂ ਇੱਥੇ ਨਾ ਦੇਖੋ ਇਤਨਾ ਗਿਆਨ ਦਾ ਪੜਦਾ ਸਕੂਲ ਹੋ ਗਿਆ ਆਪਾਂ ਨੂੰ ਇਤਨੀ ਵੀ ਸੋਚੀ ਨਹੀਂ ਆ ਵੀ ਸਾਡੇ ਬਜ਼ੁਰਗ ਚਲੇ ਗਏ ਅਸੀਂ ਵੀ ਚਲੇ ਜਾਣਾ ਕਹਿੰਦੇ ਨਹੀਂ ਉਹੀ ਮਰ ਗਏ ਅਸੀਂ ਨਹੀਂ ਮਰਨਾ ਇਸੇ ਨੇ ਤੈਨੂੰ ਜਨਮ ਨੂੰ ਲਿਜਾਣਾ ਜਿਹੜਾ ਕਹਿੰਦਾ ਨਹੀਂ ਮਰਨਾ ਤੂੰ ਮੰਨ ਜਾ ਮੌਤ ਨੂੰ ਯਾਦ ਰੱਖ ਜਾਂ ਤੂੰ ਮੌਤ ਨੂੰ ਯਾਦ ਰੱਖਿਆ ਤੂੰ ਫਿਰ ਚੰਗੇ ਕੰਮ ਕਰੇਗਾ ਪੁੰਨਦਾਨ ਕਰੇਗਾ ਸੇਵਾ ਕਰੇਗਾ ਮਹਾਂਪੁਰਸ਼ਾਂ ਗੁਰਸਿੱਖਾਂ ਗੁਰੂਆਂ ਦੇ ਦਰਸ਼ਨ ਕਰੇਗਾ ਫਿਰ ਤੇਰਾ ਮਨ ਜਿਹੜਾ ਸਾਫ ਸੁੱਧ ਤੇ ਕਾਦਰ ਹੋਣਾ ਸ਼ੁਰੂ ਹੋ ਜਾਏਗਾ ਫਿਰ ਤੂੰ ਚੌਠਣਾ ਸ਼ੁਰੂ ਹੋ ਜਾਏਗਾ ਜਾਂ ਤੈਨੂੰ ਮੌਤ ਭੱਲੀ ਹੋਈ ਆ ਤੂੰ ਫਿਰ ਤੂੰ ਤੇਰੇ ਯਾਦ ਵੀ ਮਰਨ ਹੋਇਆ ਤੂੰ ਫਿਰ ਹੋਰਾਂ ਕੰਮਾਂ ਦੇ ਵਿੱਚ ਲੱਗ ਗਿਆ ਹੋਰਾਂ ਕੰਮਾਂ ਦਾ ਫਲ ਹੈ ਫਿਰ ਜਹੰਮ ਹੈ ਬਹੁਤ ਕੁਛ ਲਿਖਿਆ ਗੁਰਬਾਣੀ ਦੇ ਅੰਦਰ ਜੇ ਮਹਾਰਾਜ ਕਹਿਣਗੇ ਪਾਈ ਔਰ ਕਾਜ ਦੇ ਵੀ ਕਿਤੇ ਨਾ ਕਾਮ ਇਹ ਕੰਮ ਤਾਂ ਆਉਣੇ ਨੀ ਕਰਨਾ ਠੀਕ ਹੈ ਇਹ ਤਾਂ ਕਰਨੇ ਹੀ ਬਣਦੇ ਨੇ ਕਿਸੇ ਦਾ ਕੋਈ ਵਿਹਲਾ ਨੀ ਬਹਿਦਾ ਅਰੇ ਗਾਉਣ ਫਰਜ਼ ਹੈ ਮੁੱਖ ਫਰਜ਼ ਨਹੀਂ ਹੈ ਫਿਰ ਉਸਨੇ ਅਰਜ਼ ਕਰੀ ਮਹਾਰਾਜ ਜੀ ਫਿਰ ਕੀ ਕਰੀਏ ਇਹ ਕੰਮਾਂ ਦੀ ਤਾਂ ਅੱਗੇ ਇੱਥੇ ਨੀ ਇੱਥੇ ਤਾਂ ਇਹ ਬਹੁਤ ਕਈ ਮਨਿਸਟਰ ਵੀ ਨੇ ਬਹੁਤ ਕੁਛ ਨੇ ਕਈ ਰਾਜੇ ਵੀ ਨੇ ਪਰ ਇਹਨਾਂ ਦਾ ਜਦ ਅੱਗੇ ਜਾਊਗਾ ਚਾਹੇ ਰਾਜਾ ਚਾਹੇ ਕੁਨਾਲ ਇੱਕੋ ਜਿਹਾ ਧੂਲ ਆ ਪਰਮੇਸ਼ਰ ਦਾ ਤਾਂ ਇਹ ਸਰੀਰ ਹੀ ਰਾਜਾ ਬਣਿਆ ਹੋਇਆ ਜੀਵਾਤਮਾ ਤਾਂ ਨੀ ਰਾਜਾ ਬਣਿਆ ਹੋਇਆ ਜੀਵਾਤਮਾ ਤਾਂ ਉਹੀ ਹੈ ਉਹਦਾ ਜੇ ਜੇ ਕਰਤੱਬ ਕਰਦਾ ਉਧਰ ਨੂੰ ਚਲਿਆ ਜਾਵੇਗਾ ਸਰੀਰ ਰਾਜਾ ਉਹ ਦੱਬ ਦੇਣਗੇ ਫੂਕ ਦੇਣਗੇ ਬਸ ਸਭ ਕੁਛ ਜਲ ਗਿਆ ਜਿਹੜਾ ਸੀਗਾ ਉਹ ਹੁਣ ਵਿਚਾਰਾ ਖੜੀ ਕਿੱਧਰ ਨੂੰ ਜਾਊਗਾ ਤਾਂ ਹੀ ਤਾਂ ਦੱਸਿਆ ਸਗਤ ਸਿਸ਼ਟ ਕੋ ਰਾਜਾ ਦੁਖੀਆ ਹੁਣ ਸਾਡਾ ਗੁਰੂ ਦੱਸਦਾ ਕੋਈ ਕਵਤਾ ਨਹੀਂ ਹੈ ਗੁਰੂ ਨੇ ਜੋ ਗੱਲ ਭਵ ਕਰੀ ਹੈ ਨਾ ਜੋ ਤੱਤ ਕੱਢਿਆ ਉਹ ਬਾਣੀ ਦੇ ਵਿੱਚ ਦੱਸਿਆ ਉਹ ਇਸੇ ਤਰ੍ਹਾਂ ਹੀ ਹੈ ਇਸੇ ਤਰ੍ਹਾਂ ਹੀ ਹੈ ਸਾਧ ਸੰਗਤ ਤੁਹਾਨੂੰ ਪਤਾ ਨਹੀਂ ਹੈ ਅਗਰ ਜਦ ਇਸ ਨੂੰ ਵਿਚਾਰ ਪੈਦਾ ਹੋਵੇਗੀ ਨਾ ਫਿਰ ਇਸ ਨੂੰ ਇਹ ਗੱਲ ਅਨੁਭਵ ਹੋਵੇਗੀ ਆਪਾਂ ਤਾਂ ਸਭ ਕੁਛ ਸਰੀਰ ਨੂੰ ਇਹ ਮੰਨਦੇ ਹਾਂ ਸਾਨੂੰ ਪਤਾ ਨਹੀਂ ਮਾਨਸਿਕ ਜੋ ਅਵਸਥਾ ਨੇ ਉਹਨਾਂ ਦਾ ਨਹੀਂ ਸਾਨੂੰ ਪਤਾ ਜਦ ਅਸੀਂ ਮਾਨਸਿਕ ਜਾਣੀ ਮਨ ਦੀਆਂ ਅਵਸਥਾ ਨੂੰ ਜ਼ਾਹਰ ਕਰਾਂਗੇ ਨਾ ਪ੍ਰਗਟ ਕਰਾਂਗੇ ਭਜਨ ਬਾਣੀ ਦੁਆਰਾ ਉਹਨਾਂ ਦੇ ਵਿੱਚੋਂ ਫਿਰ ਸਾਨੂੰ ਗੱਲ ਅਨੁਭਵ ਹੋਵੇਗੀ ਐਵੇਂ ਨਹੀਂ ਹੋਣੀ ਵੀ ਹਾਂ ਠੀਕ ਹੈ ਜੋ ਗੁਰੂ ਸਾਹਿਬ ਨੇ ਦੱਸਿਆ ਤੀ ਅਵਰ ਕਾਜ ਤੇਰੇ ਕਿਤੇ ਨਾ ਕਾਮ ਇਹ ਜਦ ਫਿਰ ਇਹਦਾ ਅਖੀਰ ਆਵੇਗਾ ਨਾ ਅਖੀਰ ਜੇ ਇਹ ਕਰਤੱਬ ਕਰੇਗਾ ਨਾ ਉਹ ਜਿਹਾ ਕਾਨੂੰਨ ਪਰਮੇਸ਼ਰ ਦਾ ਫਿਰ ਇਹਦੇ ਤੇ ਲਾਗੂ ਹੋਵੇਗਾ ਲਾਗੂ ਚਾਹੇ ਰਾਜਾ ਚਾਹੇ ਕੰਗਾਲ ਹੈ ਇਹ ਕੋਈ ਇਸ ਫਰਕ ਨਹੀਂ ਹੈ ਇੱਕ ਇੱਕ ਸਾਧੂ ਦਾ ਪਰਮੇਸ਼ਰ ਜੇ ਤਾਂ ਰਾਜਾ ਪਾਪ ਕਰਦਾ ਤਾਂ ਫਿਰ ਜਮਦੂਤ ਆਉਣਗੇ ਜਮਦੂਤ ਜਿਹੜੇ ਹਨ ਸੁਣਦੇ ਹਾਂ ਨਾ ਆਪਾਂ ਗੁਰਬਾਣੀ ਦੇ ਵਿੱਚ ਜਾਂ ਫੋਟੋਆਂ ਵੀ ਲੱਗੀਆਂ ਹੋਈਆਂ ਨੇ ਬਣੇ ਨੇ ਫਰਿਸ਼ਤਾ ਰਹਿੰਦੇ ਨੇ ਲੋਕ ਇੱਧਰ ਫਿਰ ਫਰਿਸ਼ਤਾ ਆ ਗਿਆ ਲੈ ਗਿਆ ਆਪਾਂ ਜਮਦੂਤ ਕਹਿ ਦਿੰਦੇ ਜੇ ਉਹ ਆਪੋ ਆਪਣੇ ਮੱਤਾਂ ਵਾਲਿਆਂ ਦੇ ਗੱਲਾਂ ਨਾ ਰੱਖੇ ਨੇ ਉਹਨਾਂ ਦੇ ਸਾਸ ਦੱਸਿਆ ਵੀ ਜਦ ਜਮਦੂਤ ਆਵੇ ਨਾ ਜਦ ਜਮਦੂਤ ਆਵੇ ਜਿਹੜਾ ਇਹਦਾ ਪਿਛਲਾ ਸਾਰਾ ਭੁੱਲ ਜਾਏਗਾ ਉਹਨਾਂ ਦੇ ਅੱਗੇ ਆਵੇ ਫਿਰ ਇਹਨੂੰ ਪਤਾ ਲੱਗੇਗਾ ਬਈ ਉਹ ਮੈਂ ਤਾਂ ਗਲਤੀ ਚ ਗਲਤੀ ਚ ਰਹਿ ਜਾਣਾ ਉਹਨਾਂ ਨੇ ਸਾਹਮਣੇ ਆ ਜਾਣਾ ਫਿਰ ਇਹਦਾ ਸਰੀਰ ਦੂਰ ਕਿਧਰੇ ਭੁੱਲ ਜਾਣਾ ਉਹਨਾਂ ਨੇ ਵਾਸਤਾ ਜੀਵ ਆਤਮਾ ਨਾਲ ਪਾਉਣਾ ਆ ਜੀਵ ਆਤਮਾ ਦੇ ਸੰਬੰਧ ਕਰਕੇ ਹੀ ਪਦਾਰਥ ਕੋ ਆਉਂਦਾ ਨਾ ਜੀਵ ਆਤਮਾ ਦੇ ਸੰਬੰਧ ਕਰਕੇ ਇਸ ਨੇ ਪਰਮੇਸ਼ਰ ਦੀ ਬੰਦਗੀ ਜਾਂ ਬਾਣੀ ਪੜ੍ਹਨੀ ਆਓ ਇਹ ਦੱਸਿਆ ਵੀ ਫਿਰ ਉਸਨੇ ਫਿਰ ਇਹ
ਯਾਦ ਕਰੇਗਾ ਇਸ ਗੱਲ ਨੂੰ ਫਿਰ ਉਹ ਨਹੀਂ ਹੋ ਆਉਣੀ ਹੈ। ਉਹ ਤਾਂ ਫਿਰ ਮੇਰਾ ਬੀਤ ਗਿਆ ਸਾਲ, ਉਹਦਾ ਸਰੀਰ ਦੇ ਹੁੰਦਿਆਂ ਹੁੰਦਿਆਂ ਤਾਂ ਹੋ ਸਕਦਾ, ਜਦ ਸਰੀਰ ਦੀ ਹੱਦ ਆ ਗਈ ਨਾ ਫਿਰ ਤਾਂ ਉਹਦੇ ਅੱਗੇ ਕੋਈ ਕੰਮ ਨਹੀਂ ਹੈ, ਫਿਰ ਕੰਮ ਕਰੇ ਨਹੀਂ ਕਰਦਾ ਸਰੀਰ ਨਾਲ, ਉਹਦਾ ਉਹਨਾਂ ਨੇ ਆ ਕੇ ਜੀਵਾਤਮਾ ਕੱਢ ਲੈਣਾ ਵਿੱਚ ਕਰਮਾਂ ਦੇ ਅਨੁਸਾਰ, ਫਿਰ ਅੱਗੇ ਜਾਊਗਾ ਗੁਰ ਨਹੀਂ ਕਿੱਧਰ ਠੇਡੇ ਖਾਂਦੇ ਫਿਰ ਗੁਰਬਾਣੀ ਦੇ ਵਿੱਚ ਦੱਸਿਆ ਸਾਹਿਬ। ਹਾਏ ਇੱਧਰ ਜੂਨੀਆਂ ਜਿੰਨੀਆਂ ਦੱਸੀਆਂ ਨੇ ਸਾਰੀਆਂ, ਇਹਨਾਂ ਦੇ ਪਿੱਛੇ ਜਾਣਾ ਪਵੇਗਾ, ਇਹਨਾਂ ਚੇ ਘੁੰਮਦੇ ਆਇਆ ਕਿਹੜੇ ਖਾਂਦੇ। ਆਹ ਮਨੁੱਖਾਂ ਦੇ ਵੀ ਕਦਰ ਕਰਨੀ ਚਾਹੀਦੀ ਹੈ। ਫਿਰ ਕਹਿੰਦੇ ਮਹਾਰਾਜ ਜੀ ਕੀ ਕਰਤੱਵ ਕਰੀਏ, ਮਹਾਰਾਜ ਕਹਿੰਦੇ ਮਿਲ ਸਾਰ ਸੰਗਤ ਭਜ ਕੇਵਲ ਨਾਮ, ਪਰਮੇਸ਼ਵਰ ਦੀ ਬੰਦਗੀ ਕਰ ਤੂੰ, ਵਿਹਾਰ ਵੀ ਕਰੀ ਜਾ ਵਿਹਾਰ ਤਾਂ ਹੋ ਹੀ ਜਾਣੇ ਹਨ, ਕੇਵਲ ਨਾਮ ਵਾਹਿਗੁਰੂ ਪਰਮੇਸ਼ਵਰ ਦਾ ਤੂੰ ਨਾਮ ਆਪਣੇ ਹਿਰਦੇ ਦੇ ਵਿੱਚ ਵਿਸਾ ਲਾ, ਫਿਰ ਤੂੰ ਇੱਧਰ ਜੂਨੀਆਂ ਦੇ ਵਿੱਚ ਨਹੀਂ ਆਵੇਗਾ, ਇਹਨੂੰ ਦੱਸਿਆ ਮਹਾਰਾਜ ਜੀ ਨੇ ਆਪਾਂ ਨੂੰ। ਹੁਣ ਆਪਾਂ ਆਪਣੇ ਵਿਚਾਰ ਦੇ ਨਾਲ ਤੁਸੀਂ ਇਨਸਾਫ ਹੀ ਆ ਮਨ ਦੇ ਨਾਲ ਵਿਚਾਰ ਕਰੋ ਵੀ ਕੀ ਕਰਨਾ ਚਾਹੀਦਾ, ਕੀ ਕਰਦੇ ਹਾਂ। ਪੜੋ ਪ੍ਰੇਮ ਭਜ ਲੈ ਗੋਬਿੰਦ ਨੂੰ, ਕਿਤੇ ਕਿਸੇ ਪ੍ਰਕਾਰ ਨਾਲ ਮਹਾਰਾਜ ਜੀ ਨੇ ਲਿਖਿਆ
ਕਿਦੇ ਕਿਵੇਂ ਮਨ ਨੂੰ ਸਮਝਾਉਣ ਵਾਸਤੇ ਹੀ ਲਿਖਿਆ ਵੀ ਮਨ ਸਮਝ ਜਾਵੇ ਮਨ ਸਾਧ ਸੰਗਤ ਨੂੰ ਇਹਦਾ ਕੋਈ ਸਰੂਪ ਨਹੀਂ ਹੈ ਜਿਹਦਾ ਸਰੀਰ ਹੋਇਆ ਆਪਾਂ ਫੜ ਵੀ ਲਈਏ ਜਾਂ ਊਂ ਫੜਾ ਲਈਏ ਕਿਸੇ ਨੂੰ ਮਾਇਆ ਦੇ ਕੇ ਪਰ ਨਹੀਂ ਇਸ ਨੂੰ ਤਾਂ ਗੁਰੂ ਦੇ ਸ਼ਬਦ ਨੇ ਫੜਨਾ ਜਦ ਫੜਨਾ ਉਹਨੇ ਫੜਾਉਣਾ ਇਹ ਜਾਂਦਾ ਗੁਰਬਾਣੀ ਗੁਰੂ ਦਾ ਸ਼ਬਦ ਗੁਰਬਾਣੀ ਗੁਰੂ ਦਾ ਹੀ ਸ਼ਬਦ ਨੇ ਸਾਧ ਜਦ ਇਸ ਨੂੰ ਬਾਣੀ ਦੇ ਨਾਲ ਜੋੜਾਂਗੇ ਨਾ ਜਾਂ ਗੁਰੂ ਦੇ ਹੁਕਮ ਅਨੁਸਾਰ ਸਮਝੋ ਫਿਰ ਇਹ ਮਨ ਜਿਹੜਾ ਸ਼ੁੱਧ ਹੋਣਾ ਸ਼ੁਰੂ ਹੋਵੇਗਾ ਵਰਨਾ ਸ਼ੁੱਧ ਨਹੀਂ ਹੋਵੇਗਾ ਦੱਸਿਆ ਵੀ ਮਿਲ ਸਾਧ ਸੰਗਤ ਭਜ ਕੇ ਉਹ ਨਾਮ ਆਹ ਜਿਹੜਾ ਸਰੀਰ ਹੈ ਨਾ ਸਰੀਰ ਜਦ ਇਹ ਗੁਰੂ ਕੀ ਸੰਗਤ ਗੁਰੂ ਕੇ ਦਰਬਾਰ ਨੂੰ ਜਿਤਨੇ ਇੰਦਰੇ ਨੇ ਸਾਰੇ ਕਹਿੰਦੇ ਸਫਲੇ ਹੋ ਜਾਂਦੇ ਨੇ ਜੇ ਨਹੀਂ ਆਉਂਦਾ ਇੱਧਰ ਹੋਰ ਪਾਸੇ ਜਾਂਦਾ ਫਿਰ ਇਹਨਾਂ ਨੂੰ ਸਫਲ ਦੱਸਿਆ ਫਿਰ ਇਹੀ ਪਾਪ ਰੂਪ ਨੇ ਆਹ ਦੱਸਿਆ ਵੀ ਜਦ ਇੱਕ ਕਦਮ ਚੱਕਦਾ ਨਾ ਗੁਰੂ ਕੇ ਦਰਬਾਰ ਨੂੰ ਕਹਿੰਦੇ ਨਾਲੇ ਤਾਂ ਮਨ ਸਾਫ ਤੇ ਸ਼ੁੱਧ ਪੁੱਲ ਹੋਣੇ ਸ਼ੁਰੂ ਹੋ ਜਾਂਦੇ ਨੇ ਨਾਲੇ ਇੱਕ ਕਦਮ ਦਾ ਸਵੇਰ ਜੱਗ ਦਾ ਫਲ ਮਿਲਦਾ ਆਓ ਫਿਰ ਆ ਕੇ ਸ਼ਰਧਾ ਦੇ ਨਾਲ ਆਉਣਾ ਜਾਣੀ ਹੈ ਰਸਮ ਅਦਾ ਨਹੀਂ ਕਰਨੀ ਹੈ ਰਸਮ ਦੇ ਵਿੱਚ ਕੁਛ ਨਹੀਂ ਪਿਆ ਸਾਧ ਸੰਗਤ ਚਾਹੇ ਤੁਸੀਂ ਥੋੜਾ ਕਰੋ ਜਿੰਨਾ ਥੋੜਾ ਮਨ ਨੂੰ ਕਾਬਰ ਕਰਕੇ ਕਰਾਂਗੇ ਉਤਨਾ ਫਲ ਜ਼ਿਆਦਾ ਹੋਵੇਗਾ ਇਉਂ ਨਹੀਂ ਵੀ ਅਸੀਂ ਇਤਨੀ ਬਾਣੀ ਪੜ੍ਹੀ ਨਾ ਮਨ ਕਾਦਰ ਕਰਨ ਦਾ ਸੁਭਾਅ ਬਣਾਓ ਮਨ ਕਾਦਰ ਕਿਵੇਂ ਹੋਵੇਗਾ ਬਾਣੀ ਪੜ੍ਹੀ ਜਾਓ ਜਵਾਨ ਦੇ ਨਾਲ ਮਨ ਤਾਂ ਬਾਜ਼ਾਰਾਂ ਦੇ ਵਿੱਚ ਫਿਰਦਾ ਉਹ ਮਨ ਆਪਾਂ ਕਿਹਨੂੰ ਕਹਿੰਦੇ ਹਾਂ ਖਿਆਲ ਆ ਜਿਹੜਾ ਆਪਣਾ ਖਿਆਲ ਆ ਨਾ ਇੱਕ ਚੀਜ਼ ਇਹ ਜਿਹੜੀ ਸਰੀਰ ਤੋਂ ਬਾਹਰ ਨਿਕਲ ਕੇ ਜਾਂਦੀ ਆ ਉਸੇ ਨੂੰ ਮਨ ਕਹਿ ਦਿੰਦੇ ਨੇ ਉਸੇ ਨੂੰ ਇਹ ਸੁਰਤ ਕਹਿ ਦਿੰਦੇ ਨੇ ਉਸਨੇ ਨੂੰ ਖਿਆਲ ਕਹਿ ਦਿੰਦੇ ਉਹ ਜਿਹੜਾ ਆਪਣਾ ਖਿਆਲ ਆ ਨਾ ਆਪਾਂ ਬਾਣੀ ਪੜ੍ਹਦੇ ਹਾਂ ਜਾਂ ਤਾਂ ਆਪਣੇ ਜਵਾਨੀ ਯਾਦ ਆ ਬਾਣੀ ਫਿਰ ਪੜ੍ਹਦੇ ਹਾਂ ਜਿਹੜੇ ਵਿਚਾਰੇ ਨਹੀਂ ਜਵਾਨੀ ਉਹ ਗੁਟਕਾ ਅੱਗੇ ਰੱਖਦੇ ਨੇ ਗੁਟਕਾ ਅੱਗੇ ਰੱਖ ਕੇ ਫਿਰ ਬਾਣੀ ਪੜ੍ਹਦੇ ਨੇ ਬਹੁਤ ਪ੍ਰੇਮੀ ਸਵਾਲ ਕਰਦੇ ਨੇ ਆ ਕੇ ਮਹਾਰਾਜ ਜੀ ਬਾਣੀ ਪੜ੍ਹਦੇ ਆ ਮਨ ਨਹੀਂ ਲੱਗਦਾ ਹੈ ਤਾਂ ਯੁਕਤੀ ਨਹੀਂ ਪੁੱਛੀ ਕਿਸੇ ਕੋਲੋਂ ਜੁਗਤ ਹੋਣਾ ਵਿਕੋ ਜਾਂ ਹਰ ਇੱਕ ਚੀਜ਼ ਯੁਕਤੀ ਨਾਲ ਸਿੱਧ ਸੇਧੀ ਹੁੰਦੀ ਹੈ ਯੁਕਤੀ ਕੀ ਹੈ ਸਾਧ ਸੰਗ ਫਾਰਮੂਲਾ ਵੀ ਕਹਿੰਦੇ ਨੇ ਇਸ ਨੂੰ ਜਿਹੜੇ ਬੱਚੇ ਪੜ੍ਹਦੇ ਨੇ ਨਾ ਜਿਤਨਾ ਚਿਰ ਉਹਨਾਂ ਨੂੰ ਫਾਰਮੂਲਾ ਨਹੀਂ ਆਉਂਦਾ ਸਵਾਲ ਨਹੀਂ ਉਹ ਕਦੇ ਵੀ ਕੱਢਦਾ ਇਸ ਤਰ੍ਹਾਂ ਯੁਕਤੀ ਆ ਗਈ ਜੇ ਕੋਈ ਆਦਮੀ ਸਮੁੰਦਰ ਦੇ ਉੱਤੋਂ ਵੀ ਤਰਨਾ ਚਾਹੇ ਦੂਏ ਮੁਲਕ ਦੇ ਵਿੱਚ ਜਾਣਾ ਚਾਹੇ ਚਲਿਆ ਜਾਵੇਗਾ ਯੁਕਤੀ ਦੁਆਰਾ ਦੇਖੋ ਕਿਵੇਂ ਐਰੋਪਲੇਨ ਦੇ ਵਿੱਚ ਹੀ ਆਉਂਦੀ ਹੈ ਦੁਨੀਆ ਤੇ ਉਹ ਕਿਵੇਂ ਉਤਰਦੇ ਨੇ ਕੀੜੀਆਂ ਮੰਗਣ ਫਿਰਦੇ ਇਹ ਯੁਕਤੀ ਹੈ ਹਰ ਇੱਕ ਚੀਜ਼ ਦੀ ਯੁਕਤੀ ਹੈ ਯੁਕਤੀ ਦੁਆਰਾ ਹੀ ਇਹ ਸੂਖਮ ਯੁਕਤੀਆਂ ਨੇ ਮਨ ਦੇ ਵਾਸਤੇ ਨੇ ਇਹਦਾ ਨਾ ਸਰੀਰ ਦੇ ਵਾਸਤੇ ਬੜਾ ਅਸੂਲ ਪਦਾਰਥਾਂ ਵਾਸਤੇ ਬਣੇ ਨੇ ਜੋ ਜੁਗਾੜ ਹੈ ਸਾਰਾ ਪਰ ਹੁਣ ਇੱਕ ਮਨ ਹੈ ਜਿਹੜਾ ਇਸਦੇ ਅੰਦਰ ਜਿਹੜਾ ਮਨ ਹੈ ਉਸਦੀ ਯੁਕਤੀ ਵੀ ਸੂਖਮ ਹੈ ਨਾ ਮਨ ਨੂੰ ਜਿਹੜਾ ਟਿਕਾਉਣਾ ਬਹੁਤ ਮੁਸ਼ਕਲ ਹੈ ਸਾਰਾ ਸਾਰੀ ਦੁਨੀਆਂ ਨੂੰ ਜਿੱਤਣਾ ਨਾ ਸਕਾਲਾ ਪਰ ਮਨ ਨੂੰ ਜਿੱਤਣਾ ਬਹੁਤ ਔਖਾ ਪਰ ਉਹ ਬਹੁਤ ਹੀ ਔਖਾ ਜਿਹਨਾਂ ਨੇ ਜਿੱਤਿਆ ਨਾ ਉਹਨਾਂ ਕੋਲੋਂ ਪੁੱਛ ਕੇ ਦੇਖੋ ਵੀ ਕਿੰਨੀਆਂ ਤੱਕ ਸੋਚਾ ਕੀਤੀਆਂ ਮਨ ਵੈਰੀ ਨੂੰ ਜਿਨ੍ਹਾਂ ਨੇ Thank you.
ਕਿਹਾ ਜਾਂਦਾ ਪੁਰਨਾ ਔਰ ਜਿਹੜਾ ਮਨ ਹੈ ਇਹ ਹੁਣ ਆਪਣਾ ਮਨ ਪਦਾਰਥਾਂ ਦਾ ਜਿੱਤਿਆ ਹੋਇਆ ਇਹਨਾਂ ਪਦਾਰਥਾਂ ਦਾ ਸਰੂਪ ਹੋਇਆ ਹੋਇਆ ਹੁਣ ਹੋਰ ਤਾਂ ਨੀ ਕੋਈ ਫੁਰਨਾ ਕਰਦਾ ਪਦਾਰਥਾਂ ਦਾ ਹੀ ਕਰਦਾ ਇਸੇ ਮਨ ਨੂੰ ਜਦ ਆਪਾਂ ਬਾਣੀ ਦੇ ਨਾਲ ਜੋੜਾਂਗੇ ਫਿਰ ਬਾਣੀ ਇਸ ਨੂੰ ਜਿੱਤ ਲਈ ਫਿਰ ਬਾਣੀ ਦਾ ਸਰੂਪ ਬਣ ਜਾਏਗਾ ਖਿਆਲ ਹੈ ਜਿਹੜਾ ਖਿਆਲ ਆ ਜਿਹੜਾ ਬਾਹਰ ਜਾਂਦਾ ਨਾ ਬਾਹਰ ਇਹ ਬਾਣੀ ਦੇ ਨਾਲ ਕਿਵੇਂ ਜੋੜਨਾ ਯਾਨੀ ਜਿਹੜਾ ਖਿਆਲ ਹੈ ਨਾ ਜਿੱਥੇ ਇਸਦਾ ਪਿਆਰ ਹੋਵੇਗਾ ਉੱਥੇ ਜਾਵੇਗਾ ਹੁਣ ਜਿਸਦਾ ਪਿਆਰਾ ਬਾਹਰ ਆ ਨਾ ਇੱਥੋਂ ਜੋ ਕੁੜੇ ਬੰਦਾ ਬੈਠਾ ਹੈ ਉਸਦਾ ਮਾਂ ਆਪਣੇ ਪਿਆਰੇ ਕੋਲ ਫਿਰਦਾ ਉਹਦੀਆਂ ਪ੍ਰਕਰਮਾਂ ਕਰਦਾ ਹੁਣ ਇੱਥੇ ਨਹੀਂ ਆ ਇਸੇ ਤਰ੍ਹਾਂ ਹੀ ਇਸ ਖਿਆਲ ਨੂੰ ਜਿਹੜੀਆਂ ਲਗਾਂ ਮਾਤਰਾਂ ਨੇ ਗੁਰਬਾਣੀ ਦੀਆਂ ਉਸ ਖਿਆਲ ਨੂੰ ਲਗਾਂ ਮਾਤਰਾਂ ਦਾ ਧੇ ਕਰਨਾ ਉਹ ਜਿਹੜਾ ਬਾਹਰ ਜਾ ਕੇ ਮਿਲਦਾ ਨਾ ਕਿਸੇ ਨੂੰ ਉਸ ਨੂੰ ਲਗਾਂ ਮਾਤਰਾਂ ਦੇ ਨਾਲ ਜੋੜਨਾ ਇਹ ਯੁਗਤੀ ਹੈ ਜਦ ਇਹ ਕਰੇਗਾ ਨਾ ਫਿਰ ਇਹ ਹੌਲੀ ਹੌਲੀ ਇਸਦਾ ਬਾਣੀ ਦੇ ਨਾਲ ਪਿਆਰ ਪੈ ਜਾਏਗਾ ਜਿੰਨਾ ਚਿਰ ਜਿਸ ਵਸਤੂ ਦੇ ਨਾਲ ਪਿਆਰ ਨਹੀਂ ਨਾ ਹੁੰਦਾ ਉਹਦਾ ਜਿਹੜਾ ਸੁਭਾਵ ਆ ਉਹ ਮਨ ਦੇ ਵਿੱਚ ਪ੍ਰਗਟ ਨਹੀਂ ਹੁੰਦਾ ਜਿਹਦੇ ਨਾਲ ਅਸੀਂ ਗੁਰਬਾਣੀ ਦੇ ਨਾਲ ਪਿਆਰ ਕਰਨਾ ਫਿਰ ਇਹ ਹੋਰ ਬਹੁਤ ਕੀਮਤੀਆਂ ਜੇ ਉਹ ਲਗਾਂ ਮਾਤਰਾ ਦਾ ਤੇ ਕਰਾਂਗੇ ਚਾਹੇ ਤੁਸੀਂ ਜਪਜੀ ਸਾਹਿਬ ਪੜ੍ਹੋ ਇੱਕੋ ਹੀ ਜਪਜੀ ਸਾਹਿਬ ਦਾ ਪਾਠ ਕਰੋ ਜਿੰਨਾ ਚਿਰ ਪਾਠ ਕਰਦੇ ਹੋ ਜਿਹੜਾ ਖਿਆਲ ਹੈ ਨਾ ਆਪਣਾ ਉਸ ਨੂੰ ਲਗਾਂ ਮਾਤਰਾ ਦੇ ਉੱਤੇ ਫੇਰੋ ਜਿਹੜਾ ਉਹ ਪਿਆਰੇ ਦੇ ਆਲੇ ਦੁਆਲੇ ਫਿਰਦਾ ਉਸ ਨੂੰ ਪਾਣੀ ਦਾ ਪਿਆਰ ਪਾਓ ਜਾਂ ਅਸੀਂ ਲਗਾਂ ਮਾਤਰਾ ਦਾ ਤੇ ਕਰਾਂਗੇ ਉਹ ਫਿਰ ਜਿਹੜਾ ਬਾਣੀ ਦਾ ਸੁਆਵ ਹੈ ਸ਼ਾਂਤੀ ਉਹ ਮਨ ਦੇ ਵਿੱਚ ਲਾਗੂ ਹੋ ਰਹੀ ਫਿਰ ਉਹ ਅਨੁਭਵ ਕਰੇਗਾ ਵੀ ਹਾਂ ਮੈਂ ਬਾਣੀ ਤਾਂ ਪੜ੍ਹੀ ਜਾਂਦਾ ਸੀ ਖਿਆਲ ਨਹੀਂ ਰੋਕਦਾ ਸਾਰਾ ਖਿਆਲ ਦਾ ਹੀ ਕੰਮ ਹੈ ਸਰ ਇਸੇ ਖਿਆਲ ਨੇ ਰੱਬ ਚ ਭੇਦ ਹੋਣਾ ਜਾ ਕੇ ਦੇ ਇਹੀ ਮਨ ਹੁਣ ਪਦਾਰਥਾਂ ਦੇ ਵਿੱਚ ਭੇਦ ਹੋਇਆ ਹੋਇਆ ਜਦ ਇਹ ਗੁਰਬਾਣੀ ਪੜ੍ਹੇਗਾ ਨਾ ਜਾਣੀ ਧੇ ਕਰਕੇ ਪੜ੍ਹੇਗਾ ਫਿਰ ਇਸ ਨੂੰ ਰਸ ਵੀ ਆਵੇਗਾ ਗੁਰਬਾਣੀ ਦਾ ਉਹ ਹੁਣ ਟਾਈਮ ਹੋ ਕੱਲ੍ਹ ਨੂੰ ਇੱਥੋਂ ਸ਼ੁਰੂ ਕਰਾਂਗੇ ਹੌਲੀ ਸਟੈਪ ਬਾਈ ਸਟੈਪ ਅੱਗੇ ਨੂੰ ਚੱਲਾਂਗੇ ਉਹ ਹੁਣ ਪਹਿਲਾਂ ਤਾਂ ਅਨੰਦ ਸਾਹਿਬ ਦਾ ਪਾਠ ਹੋ ਗਿਆ ਉਸ ਤੋਂ ਬਾਅਦ ਫਿਰ ਗੁਰੂ ਸਤੋਤਰ ਪੜਿਆ ਜਾਵੇਗਾ ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਅੱਗੇ ਅਰਦਾਸ ਹੋਵੇਗੀ ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣਾਂਗੇ ਉਸ ਤੋਂ ਬਾਅਦ ਫਿਰ ਦੇਖ ਲਵਾਂਗੇ ਗੁਰੂ ਦਾ ਸੀਤ ਪ੍ਰਸ਼ਾਦ ਗੁਰੂ ਦੇ ਸੀਤ ਪ੍ਰਸ਼ਾਦ ਦੇ ਵਿੱਚ ਇਤਨੀ ਤਾਕਤ ਹੈ ਸਾਧ ਸੰਗਤ ਅਸੀਂ ਲੈਂਦੇ ਨਹੀਂ ਹਾਂ ਜਿਵੇਂ ਲੈਣਾ ਚਾਹੀਦਾ ਨਾ ਉੱਕਣ ਨਹੀਂ ਲੈਂਦੇ ਹਾਂ ਉਸ ਤੇ ਜਿਹੜਾ ਫਲ ਆ ਉਹਦੇ ਵਿੱਚ ਫਰਕ ਨਹੀਂ ਹੈ ਸਾਡੇ ਲਾਈਨ ਦੇ ਵਿੱਚ ਫਰਕ ਪੈ ਗਿਆ ਜਿਹਨਾਂ ਨੇ ਲਿਆ ਸਾਧ ਸੰਗਤ ਤੁਸੀਂ ਜਾਣਦੇ ਹੋ ਆਉਣਗੀਆਂ ਸਾਖੀਆਂ ਹੌਲੀ ਹੌਲੀ ਵੀ ਕਿਸ ਤਰ੍ਹਾਂ ਸੀਤ ਪ੍ਰਸ਼ਾਦ ਦੇ ਨਾਲ ਗੁਰੂ ਦੇ ਨਾਲ ਕਿਸ ਤਰ੍ਹਾਂ ਮਨ ਸਾਫ ਹੋ ਜਾਂਦਾ ਸ਼ਰਧਾ ਦੇ ਨਾਲ ਲੈਣਾ ਸ਼ਰਧਾ ਦੇ ਨਾਲ ਛਕਣਾ ਦੇਖੋ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ ਹੁਣ ਦੀਵਾਨ ਨੇ ਜਿਹੜੇ ਇੱਥੇ ਸ਼ੁਰੂ ਹੋ ਗਏ ਇਸ ਤਰ੍ਹਾਂ ਲੱਗੀ ਜਾਵੇਗੀ ਗਾਹਾਂ ਤੇ ਗਾਹਾਂ ਫਿਰ ਉਹ ਸਾਰਾ ਸੰਗਤਾਂ ਵਿਦਤ ਜਾਣੀ ਸੁਣਾਇਆ ਜਾਇਆ ਕਰੇਗਾ ਵੀ ਹੁਣ ਫਲਾਮੀ ਜਿਹੜਾ ਸ਼ੁਰੂ ਹੋ ਜਾਣੇ ਨੇ ਹੁਣ ਬੜੋ ਪ੍ਰੇਮ ਦੇਗਾ Oh, my God.
Thank you.
ارجن ہر گوبند نا سمرو شری ہر رائے شری ہر کشن تے آئی ہے جس ڈٹھا سب سب جائے تیگ بہادر سمریا کر نون دیا ہوئے تائے سب تائیں ہوئی سہائے سب تائیں ہوئی سہائے دسویں پاتشاہ شری گرو گوبند سنگھ صاحب جی پنت دے والی امرت کے داتے دیکھ دیکھ دے دھنی شمشیر بہادر پتا سب تائیں ہونا جی سہائے سب سے اکال پرکھ جی کا دھیان فرق ہے خالصہ جی صاحب بولو جیوان ਦਸੋਂ ਪਾਤਸ਼ਾਹ ਮੈਂ ਜੀ ਕੇ ਜਗਮਗ ਜੋਤ ਸਰੂਪ ਜ਼ਾਹਿਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਬਹਾਦੁਰ ਬਾਣੀ ਕੇ ਬੋਇਸ ਨਾਮ ਕੇ ਜਹਾਜ਼ ਹਲਸ ਪਲ ਕੇ ਰਾਖੇ ਲੋਹ ਪ੍ਰਲੋਕ ਕੇ ਸਹਾਇਕ ਜਾਗਦੀ ਜੋਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਵੱਲ ਧਿਆਨ ਕਰੋ ਸਰਬਤ ਮਾਏ ਭਾਈ ਬੋਲੋ ਜੀ ਵਾਹਿਗੁਰੂ
ਪੰਜਾਬ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਖੀਆਂ ਸਰਬੱਤ ਗੁਰਦੁਆਰਿਆਂ ਸ਼ਹੀਦਾਂ ਮਰੀਦਾਂ ਹੱਟੀਆਂ ਜੱਪੀਆਂ ਤਪੀਆਂ ਗੁਰਸਿੱਖਾਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇ ਕੇ ਅੰਮ੍ਰਿਤ ਪੀਤਾ ਧਰਮ ਹਿੱਤ ਕੁਰਬਾਨੀਆਂ ਕੀਤੀਆਂ ਸ਼੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਜੈਤੋ ਗੰਗ ਸਾਹਿਬ ਗੁਰੂ ਕੇ ਬਾਗ ਸ਼੍ਰੀ ਤਰਨ ਤਾਰਨ ਸਾਹਿਬ ਵਿਖੇ ਅਸਹਿ ਤੇ ਅੱਗਾ ਗਾ ਸਾਰੇ ਉੱਠੀਆਂ ਕਲਾਂ ਲੁਹਾਈਆਂ ਖੋਪਰੀਆਂ ਤਰਵਾਈਆਂ ਆਰਿਆਂ ਨਾਲ ਤੰਗ ਚਰਵਾਏ ਬੰਦ ਬੰਦ ਕਟਵਾਇਆ ਚਰਕੀਆਂ ਤੇ ਚੜੇ ਉਗਲੀਆਂ ਦੇਗਾਂ ਵਿੱਚ ਬੈਠੇ ਜਿਉਂਦੇ ਜੀ ਜੰਗਾਂ ਦੇ ਨਾਲ ਬੰਨ ਕੇ ਸਾੜਿਆ ਗਿਆ ਕੀਮਾ ਕੀਮਾ ਹੋਈ ਸਿੱਖ ਨਹੀਂ ਹਾਰਿਆ ਗੁਰਦੁਆਰਿਆਂ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ ਧਰਮ ਨਹੀਂ ਹਾਰਿਆ ਤਿੰਨਾਂ ਦੇਸ਼ ਭਗਤਾਂ ਸਮੂਹ ਗੁਰਸਿੱਖਾਂ ਸ਼ਹੀਦਾਂ ਸਿੰਘਾਂ ਅਤੇ ਸਿੰਘੀਆਂ ਜੀ ਕੀ ਗੁਆਚ ਜੀ ਕਾ ਧਿਆਨ ਕਰੋ ਸਰਬੱਤ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਾ ਜੀ ਕਾ ਧਿਆਨ ਕਰਕੇ ਸਰਬੱਤ ਮਾਈ ਭਾਈ ਬੋਲੋ ਜੀ ਵਾਹਿਗੁਰੂ ਗੁਰਸਿੱਖਾਂ ਨੂੰ ਸਿੱਖੀ ਦਾਨ ਭਰੋਸਾ ਦਾਨ ਨਾਮਦਾਨ ਵਿਸਾ ਦਾਨ ਦਾਣਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜਾਕਾਰ ਸਰਬੱਤ ਖਾਲਸਾ ਜੀ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਦਾਨ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਨਿਗਤਿਆਂ ਦੀ ਗੱਦ ਨਿਪਤਿਆਂ ਦੀ ਪਤ ਅਗਾਹ ਵਾਹਿਗੁਰੂ ਪਰਿਪੂਰਨ ਪ੍ਰਮਾਤਮਾ ਦੇ ਸਭ ਸ਼ਕਤੀਵਾਨ ਧੰਨ 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 ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਦੁਭਾਗ ਵਿਖੇ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਅਸੀਂ ਕਲ ਜੁਗੀ ਜੀਵ ਕਿਨ ਕਿਨ ਭੁੱਲਣ ਹਾਰਾਂ ਬਖਸ਼ ਲਓ ਰਾਹਤ ਰਾਮ ਦੀ ਸ਼ਰਨ ਹਾਂ ਲੇਖਿਆ ਕਿ ਤੂੰ ਨਾ ਛੁੱਟਿਆ ਕਿਨ ਕਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਫਾਰ ਉਦਾਰ ਸਤਿਗੁਰੂ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਹੈ ਸੱਚੇ ਪਾਤਸ਼ਾਹ ਜੀ ਸਮੂਸਾ ਸੰਗਤ ਮਾਈ ਭਾਈ ਨੇ ਸਤਿਕਾਰ ਪੂਰਵਕ ਸ਼ਾਮ ਦੇ ਦੀਵਾਨ ਵਿਖੇ ਹਾਜ਼ਰੀ ਭਰੀ ਹੈ ਇਸ ਵੇਲੇ ਸ਼ੁਭ ਦੀਵਾਨ ਵਿਖੇ ਆਪ ਜੀ ਦੇ ਦਰੋ ਗਰੋਂ ਵਰਸਾਏ ਸ੍ਰੀਮਾਨ ਸੰਤ ਮਹਾਰਾਜ ਜੀ ਸੰਤ ਕਿਸ਼ਨ ਸਿੰਘ ਜੀ ਰਾੜੇ ਵਾਲੇ ਸਾਹਿਬ ਵਾਲਿਆਂ ਵੱਲੋਂ ਸੱਚੇ ਪਾਤਸ਼ਾਹ ਜੀ ਜੋ ਆਪ ਜੀ ਨੂੰ ਮਹਾਨ ਬਖਸ਼ਿਸ਼ ਕਰਕੇ ਸਮੂਸਾ ਸੰਗਤ ਦੇ ਭਲੇ ਵਾਸਤੇ ਗੁਰੂ ਪਾਤਸ਼ਾਹ ਜੀ ਮਹਾਨ ਪਵਿੱਤਰ ਅਲਾ ਨਿਰੰਕਾਰੀ ਰੱਬੀ ਗੁਰਬਾਣੀ ਦਾ ਜਥੇ ਸਿਰ ਕੀਰਤਨ ਕੀਤਾ ਹੈ ਸੱਚੇ ਪਾਤਸ਼ਾਹ ਜੀ ਅਤੇ ਗੁਰ ਇਤਿਹਾਸ ਦੀ ਗੁਰਬਾਣੀ ਦੀ ਵਿਚਾਰ ਕੀਤੀ ਹੈ ਸੱਚੇ ਪਾਤਸ਼ਾਹ ਜੀ ਮਹਾਨ ਬਖਸ਼ਿਸ਼ ਹੋਈ ਹੈ ਆਪ ਜੀ ਨੇ ਕਿਰਪਾ ਦ੍ਰਿਸ਼ੀ ਕਰਨੀ ਸੰਤਾਂ ਦੇ ਸ਼ੁਭ ਗੁਰਬਾਣੀ ਦੁਆਰਾ ਦਿੱਤੇ ਉਪਦੇਸ਼ ਨੂੰ ਸੱਚੇ ਪਾਤਸ਼ਾਹ ਸਮੂਸਾ ਸਿੰਘ ਮਾਈ ਭਾਈ ਨੂੰ ਮਨਾਂ ਦੇ ਵਿੱਚ ਸੱਚੇ ਪਾਤਸ਼ਾਹ ਵਸਾਉਣ ਦਾ ਬਲ ਬਖਸ਼ਿਸ਼ ਕਰਨਾ ਚਾਹੀਦੀਆਂ ਕਲਾ ਰੱਖਣੀਆਂ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਇਸੇ ਤਰ੍ਹਾਂ ਸੰਤ ਮਹਾਰਾਜ ਜੀ ਬਖਸ਼ਿਸ਼ ਕਰਨ ਸਮੂਸਾ ਸੰਗਤ ਮਾਈ ਭਾਈ ਨੂੰ ਕੀਰਤਨ ਦੁਆਰਾ ਨਿਹਾਲ ਕਰਦੇ ਰਹਿਣ ਚੜ੍ਹਦੀਆਂ ਕਲਾ ਰੱਖਣੀਆਂ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਜਥੇ ਦਾ ਹੱਥ ਰੱਖਣਾ ਦੀਨ ਦਿਆਲ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰੋ ਸਮੂਸਾ ਸੰਗਤ ਨੂੰ ਹਮੇਸ਼ਾ ਗੁਰਦੁਆਰੇ ਸਾਹਿਬ ਆਉਣ ਦਾ ਬਖਸ਼ਿਸ਼ ਪ੍ਰੇਮ ਪ੍ਰਦਾਨ ਕਰਨਾ ਚੜ੍ਹਦੀਆਂ ਕਲਾ ਰੱਖਣੀਆਂ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਆਈ ਸਮੂਸਾ ਸੰਗਤ ਮਾਈ ਭਾਈ ਨੇ ਜੋ ਦਰਸ਼ਨ ਪੇਰ ਤਿਲਕੁਲ ਮਾਇਆ ਪੈਦਾ ਕੀਤੀ ਹੈ ਸਮੂਸਾ ਸੰਗਤ ਦੀ ਕਿਰਤ ਮਾਈ ਸਫਲੀ ਕਰੋ ਹਾਜ਼ਰੀ ਦਰ ਪ੍ਰਵਾਨ ਕਰਨੀ ਸਰਬੱਤ ਕਾਰਜਾਸ ਕਰਨੀ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਸਦਾ ਸਰਵਣ ਸਿੰਘ ਜੀ ਸੀਰਾ ਨਵੀਂ ਦੁਕਾਨ ਦੀ ਖੁਸ਼ੀ ਵਿੱਚ ਸੱਚੇ ਪਾਤਸ਼ਾਹ ਬੇਅੰਤ ਨਾਲ ਬੇਟਾ ਕਰਦੇ ਹਨ ਮਨ ਦੀਆਂ ਸ਼ੁਭਕਾਮਨਾ ਪੂਰੀਆਂ ਕਰਨੀਆਂ ਸਰਬੱਤ ਕਾਰਜਾਸ ਕਰਨੀ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਗੁਰੂ ਮਹਾਰਾਜ ਜੀ ਇਸ ਵੇਲੇ ਆਪ ਜੀ ਦੀ ਪਵਿੱਤਰ ਪਾਵਨ ਸ਼ੁਭ ਹਜ਼ੂਰੀ ਬਖਸ਼ੀਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦੀ ਦੇਖ ਤਿਆਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸਮੂਸਾ ਸੰਗਤ ਅੰਮ੍ਰਿਤ ਹੈ ਸ੍ਰੀ ਅਨੰਦ ਸਾਹਿਬ ਜੀ ਕੀ ਅਰਦਾਸ ਤੁਕ ਬੁਲਚੁਕ ਮਾਫ ਕਰਨੀ ਸਤਿਗੁਰੂ ਜੀ ਪਵਿੱਤਰ ਹੁਕਮਨਾਵਾਂ ਬਖਸ਼ ਕਰਕੇ ਆਈ ਸਮੂਸਾ ਸੰਗਤ ਮਾਈ ਭਾਈ ਪ੍ਰਤੀ ਕਿਰਦਾਰ ਕਰੋ ਆਪ ਜੀ ਦੇ ਦਰ ਤੇ ਜੋ ਜੀ ਆਏ ਸੋ ਰਾਜੀ ਜਾਵੇ ਕਲਾ ਕੁਦਰਤ ਤੇਰੇ ਨਾਮ ਦੀ ਵਰਤ ਹੈ ਸੁਖ ਹੋਵੇ ਨਾਮ ਜਿੱਤਿਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਰਾ ਆ ਗਿਆ ਬਲੀ ਅਕਾਲ ਕੀ ਧਰੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਅਰਜਨ ਗੁਰਾਂ ਕੀ ਜੇ ਜੋ ਤਨ ਕੋ ਮਿਲ ਗੋ ਚਹ ਕੋਈ ਸ਼ਬਦ ਮੈਂ ਦੇ ਰਾਜ ਕਰੇ ਕਾ ਖਾਲਸਾ ਆ ਕੀ ਰਹੇ ਨ ਕੋਈ ਵਾਹਿਗੁਰੂ ਨਾਮ ਜੋ ਸ਼ਰਮਾ ਕਰ ਸਿੰਘ ਦੇ ਗੁਰਬਾਰ ਮੈਂ ਮੂਰਖ ਕੀ ਪੇਤਕ ਬਾਤ ਹੈ ਕੋਟ ਪਰਾ ਦੇ ਤਰਿਆ ਰੇ
ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਕਰਿਆ ਰੇ ਗਿਆਨ ਧਿਆਨ ਕਿਛ ਕਰਨ ਨਾ ਜਾਣਾ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਹੇ ਮਹਲਾ ਪੰਜਵਾਂ ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੇਤਰ ਦੇਖੈ ਦਰਸ ਤੇਰਾ ਰਾਮ ਲਾਖ ਜਿਹਾ ਦੇਹੋ ਮੇਰੇ ਪਿਆਰੇ ਮੁਖ ਹਰ ਆਰਾਧੇ ਮੇਰਾ ਰਾਮ ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੇਤਰ ਦੇਖੈ ਦਰਸ ਤੇਰਾ ਰਾਮ ਲਾਖ ਜਿਹਾ ਦੇਹੋ ਮੇਰੇ ਪਿਆਰੇ ਮੁਖ ਹਰ ਆਰਾਧੇ ਮੇਰਾ ਰਾਮ ਹਰ ਆਰਾਧੇ ਜਮ ਪੰਥ ਸਾਧੇ ਦੁਖ ਨਾ ਵਿਆਪੈ ਕੋਈ ਜਲ ਥਲ ਮਹਿਲ ਪੂਰਨ ਸੁਆਮੀ ਜਤ ਦੇਖਾਂ ਤਤ ਸੋਈ ਪਰਮ ਮੋਹ ਵਿਕਾਰ ਨਾਠੇ ਪ੍ਰਭ ਨਿਰ ਹੂੰ ਤੇ ਨਿਰਾ ਨਾਨਕ ਕੋ ਪ੍ਰਭ ਕਿਰਪਾ ਕੀਜੈ ਨੇਤਰ ਦੇਖੈ ਦਰਸ ਤੇਰਾ ਕੋਟ ਕਰਨ ਦੀਜੈ ਪ੍ਰਭ ਪ੍ਰੀਤਮ ਹਰ ਗੁਣ ਸੁਣਿਆ ਅਗਣ ਅਰਥੀ ਰਾਮ ਸੁਣ ਸੁਣ ਇਹੋ ਮਨ ਨਿਰਮਲ ਹੋਵੇ ਕੱਟਿਆ ਕਾਲ ਕੀ ਫਾਸੀ ਰਾਮ ਕੱਟਿਆ ਜਮ ਫਾਸੀ ਸਿਮਰ ਅਗਨਾਸੀ ਸਗਲ ਮੰਗਲ ਸੋ ਗਿਆਨਾ ਹਰ ਹਰ ਜਪ ਜਪਿਆ ਦਿਨ ਰਾਤੀ ਲਾਗੈ ਸਹਿਜ ਧਿਆਨਾ ਕਲ ਮਲ ਦੁਖ ਜਾਰੇ ਪ੍ਰਭੂ ਚਿਤਾਰੇ ਮਨ ਕੀ ਦੁਰਮਤ ਨਾਸੀ ਉਹ ਨਾਨਕ ਪ੍ਰਭ ਕਿਰਪਾ ਕੀਜੈ ਹਰ ਗੁਣ ਸੁਣਿਆ ਹੈ ਅਵਿਨਾਸੀ ਕਰੋੜ ਹਸਤ ਤੇਰੀ ਤਹਿਲ ਕਮਾਵੈ ਚਰਨ ਚਲੈ ਪ੍ਰਭ ਮਾਰਗ ਰਾਮ ਪਰ ਸਾਗਰ ਨਾਵ ਹਰ ਸੇਵਾ ਜੋ ਚੜੈ ਤਿਸ ਤਾਰਗ ਰਾਮ ਭਵ ਜਲ ਤਰਿਆ ਹਰ ਹਰ ਸਿਮਰਿਆ ਸਗਲ ਮਨੋਰਥ ਪੂਰੇ ਮਹਾਂ ਵਿਕਾਰ ਗਏ ਸੁਖ ਉਪਜੈ ਬਾਜੈ ਅਨਹਦ ਤੁਰੇ ਮਨ ਬਾਚਿਤ ਫਲ ਪਾਏ ਸਗਲੇ ਕੁਦਰਤ ਕੀ ਮੈਂ ਕਰ ਗਏ ਕਹੋ ਨਾਨਕ ਪ੍ਰਭ ਕਿਰਪਾ ਕੀਜੈ ਮਨ ਸਦਾ ਚੱਲੇ ਤੇਰਾ ਮਾਰਗ ਇਹੋ ਵਾਰ ਇਹਾ ਵਡਿਆਈ ਇਹੋ ਤਨ ਹੋਏ ਵੱਡ ਭਾਗਾ ਰਾਮ ਇਹੋ ਰੰਗ ਇਹੋ ਰਸ ਭੋਗਾ ਹਰ ਚਰਨੇ ਮਨ ਲਾਗਾ ਰਾਮ ਮਨ ਲਾਗਾ ਪ੍ਰਭ ਕੀ ਸਰਣੇ ਕਰਨ ਕਾਰਨ ਗੋਪਾਲਾ ਸਭ ਕੁਛ ਤੇਰਾ ਤੂੰ ਪ੍ਰਭ ਮੇਰਾ ਮੇਰੇ ਠਾਕਰ ਦੀਨ ਦਿਆਲਾ ਮੋਹ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤ ਸੰਗ ਮਨ ਜਾਗਾ ਕਹੋ ਨਾਨਕ ਪ੍ਰਭ ਕਿਰਪਾ ਕਿਰਨੀ ਚਰਨ ਕਮਲ ਮਨ ਲਾਗਾ ਮੋਹ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤ ਸੰਗ ਮਨ ਜਾਗਾ ਕਹੋ ਨਾਨਕ ਪ੍ਰਭ ਕਿਰਪਾ ਕਿਰਨੀ ਚਰਨ ਕਮਲ ਮਨ ਲਾਗਾ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਸੀਂ ਬੜੇ ਗੁਰਭਾਗੀ ਹਾਂ ਸੰਤ ਬਾਬਾ ਕਿਸ਼ਨ ਸਿੰਘ ਜੀ ਰਾਲੇ ਵਾਲੇ ਜਥੇ ਸਵੇ ਫਿਰ ਯੂਕੇ ਜੀ ਸੰਤਾਂ ਨੂੰ ਦਰਸ਼ਨ ਦੇ ਰਹੇ ਹਨ। ਸਵਾਗਤ ਪਹਿਲਾ ਦੀਵਾਨ ਸਭਾ ਵਿਖੇ ਹੋਇਆ ਹੈ।
ਦਾਸ ਸਾਰੇ ਜਥੇ ਨੂੰ ਸੰਤ ਬਾਬਾ ਜੀ ਨੂੰ ਗਿਆ ਆਖਦਾ ਹੈ। ਸਤਸੰਗਤ ਅੱਗੇ ਬੇਨਤੀ ਹੈ, ਦੋ ਹਫ਼ਤੇ ਦੀਵਾਨ ਇਸੀ ਗੁਰਦੁਆਰੇ ਸਾਹਿਬ ਵਿਖੇ ਸਜੇਗਾ। ਕੱਲ੍ਹ ਨੂੰ ਫਿਰ ਇਸੀ ਤਰ੍ਹਾਂ ਸ਼ਾਮ ਨੂੰ 7-9 ਸਾਰਾ ਹਫ਼ਤਾ, ਇਸੀ ਤਰ੍ਹਾਂ ਅਗਲਾ ਹਫ਼ਤਾ ਫਿਰ ਦੀਵਾਨ ਇਸੀ ਤਰ੍ਹਾਂ ਸਜੇਗਾ। ਕੱਲ੍ਹ ਦਾ ਦੀਵਾਨ 7 ਤੋਂ ਲੈ ਕੇ 9 ਵਜੇ ਤੀਕ ਹੋਏਗਾ। ਸੋ ਆਪਣੇ ਸੰਗਤਾਂ ਨੇ ਇਸੀ ਤਰ੍ਹਾਂ ਹਾਜ਼ਰੀ ਕਰਨੀ ਹੈ। ਸੋ ਸੇਵਾਦਾਰਾਂ ਪਾਸ ਬੇਨਤੀ ਹੈ, ਪ੍ਰਸ਼ਾਦ ਦੀ ਜੋ ਸੇਵਾ ਹੈ, ਜਿਸ ਤਰ੍ਹਾਂ ਹਮੇਸ਼ਾ ਹੀ ਗੁਰਦੁਆਰੇ ਸਾਹਿਬ ਇੱਕਦਮ ਪਿਛਲੇ ਪਾਸੋਂ ਸ਼ੁਰੂ ਕਰੀਏ, ਤਾਂ ਕਿ ਸੰਗਤਾਂ ਆਸਤੇ ਆਸਤੇ ਨੀਚੇ ਜਾਈ ਜਾਣਗੀਆਂ, ਰਸ਼ ਨਹੀਂ ਹੋਏਗਾ। ਸੋ ਰਸ਼ ਨਹੀਂ ਹੋਏਗਾ ਤਾਂ ਕਿ ਜੋ ਸੇਵਾਦਾਰ ਨੀਚੇ ਬੱਚੇ ਖੜ੍ਹੇ ਹਨ ਉਹਨਾਂ ਦੀ ਵੀ ਬੇਨਤੀ ਦਾਸ ਆਪਸ ਬੇਨਤੀ ਕਰੇਗਾ। ਜੋ ਬੱਚੇ ਆਪ ਜੀ ਦੇ ਜੋੜੇ ਨੀਚੇ ਰੱਖ ਰਹੇ ਹਨ ਉਹਨਾਂ ਦੀ ਬੇਨਤੀ ਜ਼ਰੂਰ ਸੁਣਿਆ ਕਰੋ, ਉਹ ਗੁਰਦੁਆਰੇ ਸਾਹਿਬ ਦੇ ਲਈ ਸੇਵਾਦਾਰ ਹਨ। ਸੋ ਮੈਂ ਬੇਨਤੀ ਕਰਾਂਗਾ, ਸੰਤ ਬਾਬਾ ਜੀ ਜਾ ਰਹੇ ਹਨ, ਸੰਤਾਂ ਪਾਸ ਬੇਨਤੀ ਹੈ, ਮੱਥਾ ਟੇਕਣ ਦੀ ਕੋਸ਼ਿਸ਼ ਨਹੀਂ ਕਰਨੀ। ਸੰਤ ਬਾਬਾ ਜੀ ਜਾਣਾ, ਉਸ ਤੋਂ ਬਾਅਦ ਆਪ ਜੀ ਨੇ ਪ੍ਰਸ਼ਾਦ ਲੈ ਕੇ ਜਾਣ ਦੀ ਕਿਰਪਾ ਕਰਨੀ। ਦਾਸ ਆਪ ਜੀ ਦਾ ਬਹੁਤ ਹੀ ਧੰਨਵਾਦ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਜਨਾ ਮਿਲ ਹਰ ਜਸਗਾਇਓ, 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 ਗੋਟ ਜਨਮ ਕੇ ਦੁਖ ਗਵਾਇਓ, ਜਨਮ ਕੇ ਦੁਖ ਗਵਾਇਓ, ਜਨਮ ਕੇ ਦੁਖ ਗਵਾਇਓ, ਜਨਮ ਕੇ ਦੁਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਜੋ ਚਾਹਤ ਸੋਈ ਮਨ ਪਾਇਓ, ਵਾਹਿਗੁਰੂ।